ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਹੋ ਸਾਰੇ? ਅਤੇ ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਜੀ ਤੁਹਾਡੀ ਹੈਲਥ ਨੂੰ ਲੈ ਕੇ ਸਾਡਾ ਖਾਸ ਸ਼ੋਅ ਹੈਲਥ ਪਲੱਸ 'ਤੇ। ਇਹਦੇ ਵਿੱਚ ਹਮੇਸ਼ਾ ਗੱਲ ਤੁਹਾਡੀ ਸਿਹਤ ਦੀ ਕੀਤੀ ਜਾਂਦੀ ਹੈ। ਕੋਈ ਵੀ ਬਿਮਾਰੀ ਹੈਗੀ ਉਹਦੇ ਇਲਾਜ ਬਾਰੇ ਇਸ ਸ਼ੋਅ ਦੇ ਵਿੱਚ ਦੱਸਿਆ ਜਾਂਦਾ। ਅਤੇ ਹੁਣ ਸੁਨਹਿਰੀ ਮੌਕਾ ਜੀ ਲਾਈਵ ਸ਼ੋਅ ਚੱਲ ਰਿਹਾ, ਨੰਬਰ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ। ਇਹਨਾਂ ਨੰਬਰ 'ਤੇ ਕਾਲ ਕਰਕੇ ਡਾਇਰੈਕਟ ਲਾਈਵ ਤੁਸੀਂ ਡਾਕਟਰ ਨਵਦੀਪ ਸ਼ਰਮਾ ਜੀ ਅੱਜ ਇੱਕ ਵਾਰ ਫਿਰ ਤੋਂ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕੋਈ ਵੀ ਹੈਲਥ ਇਸ਼ੂ ਹੈਗਾ ਉਹਨਾਂ ਦੇ ਨਾਲ ਡਿਸਕਸ ਕਰ ਸਕਦੇ ਹੋ। ਸੋ ਸਾਡੀ ਆਡੀਅੰਸ ਆਲਰੇਡੀ ਉਹਨਾਂ ਨੂੰ ਜਾਣਦੀ ਹੈ ਜੀ, ਡਾਕਟਰ ਨਵਦੀਪ ਸ਼ਰਮਾ ਜੀ ਵਿਸ਼ਵ ਪ੍ਰਸਿੱਧ ਆਯੁਰਵੈਦਿਕ ਸਪੈਸ਼ਲਿਸਟ ਨੇ। ਬਹੁਤ ਸਾਲ ਹੋ ਗਏ ਨੇ ਆਯੁਰਵੈਦ ਤਰੀਕੇ ਦੇ ਨਾਲ ਵੀ ਬਹੁਤ ਐਕਸਟ੍ਰੀਮ ਲੈਵਲ 'ਤੇ ਆਪਾਂ ਕਹਿ ਸਕਦੇ ਹਾਂ, ਬਹੁਤ ਵੱਡੇ ਲੈਵਲ 'ਤੇ ਉਹ ਆਯੁਰਵੈਦ ਨੂੰ ਲੈ ਕੇ ਗਏ ਨੇ। ਆਯੁਰਵੈਦ ਤਰੀਕੇ ਦੇ ਨਾਲ ਹਰ ਵੱਡੀ ਤੋਂ ਵੱਡੀ ਏਡਸ, HIV, ਕੈਂਸਰ, ਸਾਰੀਆਂ ਬਿਮਾਰੀਆਂ ਦੇ ਟ੍ਰੀਟਮੈਂਟ ਜਿਹੜੇ ਨੇ ਕੀਤੇ ਜਾਂਦੇ। ਅਤੇ ਹੁਣੇ ਹੁਣੇ ਉਹ USA ਦੇ ਵਿੱਚ ਵਿਜ਼ਿਟ ਕਰਕੇ ਵੀ ਆਏ ਨੇ। ਬਹੁਤ ਸਾਰੀ ਸਾਡੀ ਆਡੀਅੰਸ ਜਿਹੜੀ ਆ, ਕੋਈ ਵੀ ਹੈਲਥ ਇਸ਼ੂ ਸੀਗਾ ਉਹਨਾਂ ਨੂੰ ਮਿਲਣ ਦੇ ਲਈ ਵੀ ਉੱਥੇ ਪਹੁੰਚੀ। ਅਤੇ ਹੁਣ ਜਿਹੜੀ ਆਡੀਅੰਸ ਰਹਿ ਗਈ ਹੈ ਜੀ, ਦੱਸ ਦਿੰਦੇ ਹਾਂ USA ਦੇ ਵਿੱਚ 15 ਅਗਸਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਉਹ ਵਿਜ਼ਿਟ ਕਰਨਗੇ। ਮਿਲ ਸਕਦੇ ਹੋ ਤੁਸੀਂ, ਪਰ ਜੋ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਕਾਲ ਕਰਕੇ ਪਹਿਲਾਂ ਹੀ ਅਪੁਆਇੰਟਮੈਂਟ ਜਿਹੜੀ ਆ ਬੁੱਕ ਕਰਾ ਲਓ, ਤਾਂ ਕਿ ਤੁਹਾਨੂੰ ਵੀ ਜ਼ਿਆਦਾ ਵੇਟ ਨਾ ਕਰਨੀ ਪਏ, ਦਿੱਕਤ ਨਾ ਆਵੇ, ਅਤੇ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਵੀ ਨਾ ਆਵੇ, ਕਿਉਂਕਿ ਬਹੁਤ ਸਾਰੇ ਪੇਸ਼ੈਂਟ ਆਲਰੇਡੀ ਹੁੰਦੇ ਨੇ। ਅਤੇ ਬਾਕੀ ਹੁਣ ਵੈਲਕਮ ਕਰ ਲੈਂਦੇ ਹਾਂ ਜੀ, ਅਤੇ ਗੱਲਬਾਤ ਕਰਦੇ। ਅੱਜ ਮੇਨ ਸਾਡਾ ਟੋਪਿਕ ਰਹੇਗਾ ਕਿਡਨੀ ਸਟੋਨ। ਅਸੀਂ ਦੇਖਦੇ ਹਾਂ ਕਿ ਗੁਰਦੇ ਦੇ ਵਿੱਚ ਪੱਥਰੀ ਜਿਹੜੀ ਆ, ਇਹ ਪ੍ਰੋਬਲਮ ਵੀ ਕਾਫੀ ਜ਼ਿਆਦਾ ਵੱਧਦੀ ਜਾ ਰਹੀ ਆ, ਉਸ ਨੂੰ ਲੈ ਕੇ ਅਸੀਂ ਡਿਸਕਸ ਕਰਾਂਗੇ। ਪਰ ਹੋਰ ਤੁਹਾਨੂੰ ਜੋ ਵੀ ਹੈਲਥ ਇਸ਼ੂ ਹੈਗਾ, ਜੋ ਨੰਬਰ ਫਲੈਸ਼ ਹੋ ਰਹੇ ਨੇ ਲਾਈਵ, ਤੁਸੀਂ ਉਹਨਾਂ ਦੇ ਨਾਲ ਡਿਸਕਸ ਕਰ ਸਕਦੇ ਹੋ। ਸੋ ਵੈਲਕਮ ਕਰ ਲੈਂਦੇ ਹਾਂ, ਵੈਲਕਮ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਸਰ, ਜਿਵੇਂ ਕਿਡਨੀ ਆਪਾਂ ਗੱਲ ਕਰਦੇ ਹੈਗੇ, ਕਿਡਨੀ ਫੇਲੀਅਰ ਨੂੰ ਲੈ ਕੇ ਆਪਾਂ ਬਹੁਤ ਥੋੜ੍ਹੀ ਟੋਪਿਕਸ ਲਏ ਨੇ, ਗੱਲਬਾਤ ਵੀ ਕੀਤੀ ਹੈ, ਪਰ ਕਿਡਨੀ ਸਟੋਨ ਦੀ ਪ੍ਰੋਬਲਮ ਵੀ ਬਹੁਤ ਜ਼ਿਆਦਾ ਹੈ ਨਾ ਗੁਰਦੇ ਦੇ ਵਿੱਚ ਪੱਥਰੀ ਦੀ। ਦੇਖੋ, ਕਿਡਨੀ ਸਟੋਨ ਦੀ ਪ੍ਰੋਬਲਮ ਤੇ ਕਿਡਨੀ ਫੇਲੀਅਰ ਨਾਲੋਂ ਵੀ ਜ਼ਿਆਦਾ ਹੈ। ਉਹਦਾ ਕਾਰਨ ਹੈ ਕਿ ਅੱਜ ਦੀ ਡੇਟ ਦੇ ਅੰਦਰ ਅਗਰ ਆਪਾਂ ਆਪਣੀ ਡਾਈਟ ਦੀ ਗੱਲ ਕਰਦੇ ਹਾਂ, ਮੈਜੋਰਿਟੀ ਲੋਕ ਸਾਡੇ ਜੋ ਜਿੰਨਾ ਲਿਕੁਇਡ ਪੀਣਾ ਚਾਹੀਦਾ ਉਹਨਾਂ ਨਹੀਂ ਪੀਂਦੇ, ਭੁੱਲ ਜਾਂਦੇ ਆਪਾਂ ਪਾਣੀ ਪੀਣ ਨੂੰ। ਔਰ ਜਿਹੜੇ ਜੂਸਿਸ ਨੇ ਅੱਜ ਦੀ ਡੇਟ 'ਚ ਆਪਾਂ ਲੈ ਵੀ ਰਹੇ ਹਾਂ, 70% ਆਪਾਂ ਕੈਂਡ ਜੂਸਿਸ ਲੈਂਦੇ ਹਾਂ, ਉਹਨਾਂ 'ਚ ਹਾਈ ਅਮਾਊਂਟਸ ਆਫ ਸੋਲਟਸ ਹੁੰਦੇ ਨੇ। ਉਹੀ ਸੋਲਟਸ ਜਿਹੜੇ ਨੇ ਉਹ ਅੱਗੇ ਜਾ ਕੇ ਸਾਡੀ ਕਿਡਨੀ ਦੇ ਅੰਦਰ ਸੈਟਲ ਹੋ ਜਾਂਦੇ ਨੇ। ਅਤੇ ਪੈਕਡ ਫੂਡ, ਕੈਂਡ ਫੂਡ ਇਹਨਾਂ ਨੂੰ ਜ਼ਿਆਦਾ ਲੈਣਾ ਅਤੇ ਉੱਧਰੋਂ ਪਾਣੀ ਦਾ ਜ਼ਿਆਦਾ ਨਾ ਪੀਣਾ, ਇਹ ਦੋਨੋਂ ਚੀਜ਼ਾਂ ਜਿਹੜੀਆਂ ਕੰਬਾਈਨ ਹੋ ਕੇ ਨੇ ਉਹ ਸਾਡੀ ਕਿਡਨੀ ਦੇ ਅੰਦਰ ਸਟੋਨ ਕਰ ਦਿੰਦੇ ਨੇ। ਸਟੋਨ ਦੋ ਤਰ੍ਹਾਂ ਦੇ ਨਾਲ ਆਪਾਂ ਮੇਜਰ ਕੈਟਾਗਰਾਈਜ਼ ਕਰ ਸਕਦੇ ਹਾਂ ਜੀ। ਇੱਕ ਤਾਂ ਪਹਿਲੇ ਟਾਈਪ ਆਫ ਸਟੋਨਸ ਕਿ ਸਟੋਨ ਕਿਹੜੀ ਕਿਹੜੀ ਤਰ੍ਹਾਂ ਦੇ ਨੇ, ਅਤੇ ਦੂਜਾ ਕਿਹੜੀ ਕਿਹੜੀ ਜਗ੍ਹਾ 'ਤੇ ਨੇ। ਇਹ ਦੋਨੋਂ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ ਨੇ, ਕਿਉਂਕਿ ਦੇਖੋ ਸਟੋਨ ਦੀ ਅਗਰ ਗੱਲ ਕਰੀਏ, ਕੋਮਨ ਸਟੋਨ ਹੈਗੇ ਨੇ ਕੈਲਸ਼ੀਅਮ ਆਕਸਲੇਟ ਦੇ ਸਟੋਨ। ਕੈਲਸ਼ੀਅਮ ਸਾਡੀ ਬੋਨਸ 'ਚ, ਸਾਡੇ ਬਲੱਡ 'ਚ ਹੁੰਦਾ ਵੈ, ਉਹ ਕੈਲਸ਼ੀਅਮ ਜਦੋਂ ਆਕਸਲੇਟ ਨਾਲ ਮਿਲ ਜਾਂਦਾ ਵੈ ਤਾਂ ਕੈਲਸ਼ੀਅਮ ਆਕਸਲੇਟ ਦੇ ਸਟੋਨ ਬਣਦੇ ਨੇ, ਜਿਹੜੇ ਸਭ ਤੋਂ ਕੋਮਨ ਸਟੋਨ ਨੇ ਜੀ, ਸਭ ਤੋਂ ਕੋਮਨ। ਔਰ ਕੈਲਸ਼ੀਅਮ ਆਕਸਲੇਟ ਤੋਂ ਬਾਅਦ ਆ ਜਾਂਦੇ ਨੇ ਜੀ ਜਿਹੜੇ ਸਾਡੇ ਸਟੋਨਸ ਨੇ, ਉਹ ਨੇ ਯੂਰਿਕ ਐਸਿਡ ਦੇ ਸਟੋਨ। ਆਪਾਂ ਯੂਰਿਕ ਐਸਿਡ ਦਾ ਤਾਂ ਸੁਣਿਆ ਕਿ ਦਰਦਾਂ ਕਰਦਾ ਵੈ, ਇਨਫੈਕਸ਼ਨ ਹੋ ਗਈ ਜਾਂ ਕੁਝ, ਯੂਰਿਕ ਐਸਿਡ ਜਿਹੜਾ ਉਹ ਸਟੋਨ ਵੀ ਕੌਜ਼ ਕਰ ਦਿੰਦਾ ਵੈ, ਉਹ ਵੀ ਬੜੇ ਕੋਮਨ ਸਟੋਨਸ ਨੇ। ਥਰਡ ਜਿਹੜੇ ਸਟੋਨਸ ਆ ਜਾਂਦੇ ਨੇ ਉਹਨੇ ਫਾਸਫੇਟ ਦੇ ਸਟੋਨਸ। ਫਾਸਫੇਟ ਦੇ ਸਟੋਨ ਆਮ ਤੌਰ ਤੇ ਦਰਦ ਨਹੀਂ ਕਰਦੇ, ਉਹ ਲੈਸ ਕੋਮਨ ਹੁੰਦੇ ਨੇ। ਇਹ ਨੇ ਟਾਈਪਸ ਆਫ ਸਟੋਨ। ਇਸ ਤੋਂ ਬਾਅਦ ਇੰਪੋਰਟੈਂਟ ਆ ਜਾਂਦਾ ਹੈ ਕਿੱਥੇ ਸਟੋਨ। ਹੁਣ ਕਈ ਵਾਰੀ ਆਪਾਂ ਸੁਣਦੇ ਹਾਂ ਕਿ ਮੈਨੂੰ ਸਟੋਨ ਤੇ ਹੈ ਜੀ, ਲੇਕਿਨ ਉਹਨੇ ਕਦੀ ਦਰਦ ਨਹੀਂ ਕੀਤੀ, ਬਿਨਾਂ ਦਰਦ ਵਾਲਾ ਸਟੋਨ ਹੈ। ਅਕਸਰ ਜਿਹੜਾ ਬਿਨਾਂ ਦਰਦ ਵਾਲਾ ਸਟੋਨ ਹੁੰਦਾ ਉਹ ਕਿਡਨੀ ਦੇ ਉੱਪਰਲੇ ਹਿੱਸਿਆਂ 'ਚ ਹੁੰਦਾ ਵੈ, ਕੈਲਸਿਸ ਦੇ ਵਿੱਚ ਹੁੰਦਾ ਵੈ, ਥੱਲੇ ਯੂਰਾਈਟਰ ਤੱਕ ਨਹੀਂ ਗਿਆ ਹੁੰਦਾ। ਔਰ ਦੂਜੇ ਕਈ ਵਾਰੀ ਲੋਕ ਕਹਿੰਦੇ ਨੇ ਜੀ ਬਹੁਤ ਦਰਦ ਹੁੰਦੀ ਮਨ 'ਤੇ, ਬੜੀ ਨੋਨ ਬੇਰੇਬਲ ਪੇਨ ਹੈ ਜਿਹਨੂੰ ਕਿ ਆਪਾਂ ਰੀਨਲ ਕੋਲਿਕ ਕਹਿੰਦੇ ਹਾਂ, ਬੰਦੇ ਨੂੰ ਪੇਨ ਦੀਆਂ ਮੈਡੀਸਿਨਸ ਖਾਣੀਆਂ ਪੈਂਦੀਆਂ ਨੇ ਫਿਰ ਵੀ ਉਹ ਦਰਦ ਖਤਮ ਨਹੀਂ ਹੁੰਦੀ। ਉਹ ਜਨਰਲੀ ਜਿਹੜੇ ਸਟੋਨਸ ਨੇ ਉਹ ਸਾਡੇ ਯੂਰੇਟਰਸ ਅੰਦਰ ਹੁੰਦੇ ਨੇ, ਜਿਹੜੀ ਉਹ ਪਾਈਪ ਹੈ ਜਿਹੜੀ ਕਿ ਕਿਡਨੀਜ਼ ਨੂੰ ਕਨੈਕਟ ਕਰਦੀ ਹੈ ਬਲੈਡਰ ਦੇ ਨਾਲ, ਜਿਹਦੇ ਥਰੂ ਕਿ ਯੂਰਿਨ ਪਾਸ ਹੁੰਦਾ ਵੈ। ਔਰ ਜਿਹੜੇ ਇਹ ਯੂਰੇਟ੍ਰਿਕ ਸਟੋਨਸ ਨੇ ਬਹੁਤ ਜ਼ਿਆਦਾ ਪੇਨਫੁੱਲ ਨੇ, ਅਤੇ ਇਸ ਕਰਕੇ ਸਾਈਡ ਦੇ ਅਕੋਰਡਿੰਗ ਵੀ ਸਟੋਨਸ ਨੂੰ ਅਲੱਗ ਅਲੱਗ ਹਿੱਸਿਆਂ 'ਚ ਵੰਡਿਆ ਜਾ ਸਕਦਾ, ਉਹਦੇ ਨਾਲ ਨਾਲ ਟਾਈਪ ਆਫ ਸਟੋਨਸ ਦੇ ਨਾਲ ਵੀ ਆਪਾਂ ਡਿਵਾਈਡ ਕਰ ਸਕਦੇ ਕਿ ਅਲੱਗ ਅਲੱਗ ਤਰੀਕੇ ਦੇ ਸਟੋਨਸ ਨੇ ਬੰਦੇ ਦੇ ਅੰਦਰ। ਬਿਲਕੁਲ ਜੀ, ਬਿਲਕੁਲ। ਸੋ ਸਰ, ਇਹ ਤਾਂ ਦੱਸ ਦਿੱਤਾ ਅਲੱਗ ਅਲੱਗ ਤਰੀਕੇ ਦੇ ਸਟੋਨਸ ਜਿਹੜੇ ਹੁੰਦੇ ਨੇ, ਪਰ ਸਾਨੂੰ ਸਟਾਰਟ ਦੇ ਵਿੱਚ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਅੰਦਰ ਪੱਥਰੀ ਬਣੀ ਹੋਈ ਆ ਜਾਂ ਸਟੋਨ ਬਣੇ ਹੋਏ, ਪਤਾ ਕਿੱਦਾਂ ਲੱਗੇਗਾ, ਸਾਈਨ ਕੀ ਮਿਲਣਗੇ? ਬਿਲਕੁਲ, ਦੇਖੋ ਜਦੋਂ ਆਪਾਂ ਸਟੋਨ ਦੀ ਗੱਲ ਕਰ ਰਹੇ ਹਾਂ, ਪੇਨ ਇੱਕ ਕੋਮਨ ਸਾਈਨ ਆਪਾਂ ਜਾਣਦੇ ਹਾਂ ਕਿਡਨੀ ਸਟੋਨ ਦਾ, ਲੇਕਿਨ ਪੇਨ ਹੁੰਦੀ ਬੜੇ ਹੀ ਐਕਸਟ੍ਰੀਮ ਕੇਸਿਸ ਦੇ ਅੰਦਰ ਹੈ। ਜਿਹੜਾ ਸਟੋਨ ਸਾਡੇ ਕਿਡਨੀ ਦੇ ਅਪਰ ਪਾਰਟਸ ਦੇ ਅੰਦਰ ਹੈ, ਪਲੱਸ ਖਾਸ ਤੌਰ 'ਤੇ ਅਗਰ ਉਹ ਫੋਸਫੇਟ ਦਾ ਸਟੋਨ ਹੈ, ਉਹਦੀ ਜਨਰਲੀ ਪੇਨ ਨਹੀਂ ਹੁੰਦੀ। ਉਹਦੇ ਕਰਕੇ ਹੈਵੀਨੈਸ ਰਹਿ ਸਕਦੀ ਹੈ ਜੀ ਲੋਅਰ ਬੈਕ ਦੇ ਅੰਦਰ। ਸਾਡੀ ਜਿਹੜਾ ਪਿੱਠ, ਜਿਹੜੀ ਕਿਡਨੀਜ਼ ਹੈ, ਅਗਰ ਆਪਾਂ ਕਿਡਨੀਜ਼ ਦੀ ਐਗਜੈਕਟ ਸਾਈਡ ਦੀ ਗੱਲ ਕਰੀਏ ਤਾਂ ਸਾਡੀ ਲੋਅਰ ਬੈਕ 'ਚ ਹੈ, ਔਰ ਉਹਦੀ ਜਿਹੜੀ ਰੈਫਰਡ ਪੇਨ ਹੈ ਉਹ ਸਾਡੇ ਇੰਗੁਆਇਨਲ ਰੀਜਨ ਦੇ ਅੰਦਰ, ਨਲਾਂ ਦੇ ਅੰਦਰ ਸਾਡੀ ਦਰਦ ਹੋਣੀ ਹੁੰਦੀ ਹੈ ਸਟੋਨ ਦੀ।
लेकिन किडनीज बैक दे अंदर ने, अगर स्टोन तुहाडे पेन नहीं भी कर रहा, हैवीनेस कर सकता है बैक दे एरिया दे अंदर। चाहिदा की है, एक तो आप 6 महीनों च एक बारी अपना यूरिन टेस्ट जरूर करवाइए, क्योंकि अगर स्टोन नहीं भी है, कैल्शियम ऑक्सलेट के क्रिस्टल्स अगर साढ़े यूरिन च आ रहे हैं, तो सानू पहले ही पता चल जाएगा कि स्टोन बनने की प्रोबेबिलिटी मेरे ज़्यादा वै। बंदा अपनी डाइट से चेंजेस कर सकता वै, बंदा लिक्विड ज़्यादा लेने शुरू कर सकता वै, ताकि वो जरा स्टोन बनने के चांसिज ने वो चांसिज नू शुरू तो ही कंट्रोल कर लिया जाए, तो स्टोन बनन ही ना दिता जाए। जी जी बिल्कुल जी, मेन गल है कि थोड़े बहुत जो सू साइन मिलने शुरू हो जाए, अदरवाइज भी आप देखते हैं कि बॉडी चैकअप में लगता है कि 6 महीने साल बाद एक बार फुल बॉडी चैकअप करवा लेना बिल्कुल जी कराना चाहिए जी बिल्कुल, और यूरिन टेस्ट जरूर करवाना चाहिए। आप करते हैं आज की डेट च होया की है कि टेस्ट थोड़े फिर भी लोग सुचेत हो गए ने, आप ब्लड देने ब्लड टेस्ट कराने, यूरिन टेस्ट होते हाल भी कोई सुचेत नहीं, ध्यान नहीं है, यूरिन टेस्ट ही मिस किया जाता है मोस्टली, जो कि बहुत इंपॉर्टेंट है, क्योंकि किडनीज one of the most important organs of body, बहुत ही कीमती organ है जी, और सब तो वादा इकल ही खराब हो रही है। बिल्कुल जी बिल्कुल, सो किडनी फेलियर दी जो तो गल कर दिया जा, हुन आज जे मैं पथरी दी गल कीती जा रही है गया, सो बढ़िया इतनी दीयां प्रॉब्लम जड़ियां तो हानू भी फेस आईयां होन गया जी, पहला तो कोशिश करिए कि अपना चेकअप करवांदे रहिए, ताकि बाद विच वो प्रॉब्लम कई बार इन्नी ज्यादा बढ़ जांदी है गया, फिर जाके असीं डॉक्टर दे कोल जांदे, अदरवाइज ते हुंदा कि घर च छोटियां मोटियां पेट दर्द हैगी, बैक दर्द हैगी, छोटी मोटी कोई पेन किलर लै लो तो ठीक है, पर हमेशा ही क्योंकि छोटी छोटी चीज तो ही प्रॉब्लम जड़ी वधदी हैगी। बाकी जी लाइव शो चल रहा, नंबर फ्लैश हो रहे हैं, इन्होंने नंबर पर कॉल कर लो, डायरैक्ट तुसी डॉक्टर नवदीप शर्मा जी के नाल गल कर सकते हो, अपना कोई भी हेल्थ इशू हैगा उन्हों डिस्कस कर सकते हो। सो सर, किडनी की गल हो रही है, किडनी स्टोन की गल हो रही है, एक गल कॉन्टीन्यू करेंगे, पर तुसी जिवें कि 15 अगस्त तो बाद दोबारा USA दे विच जा रहे हो, सो कि जगह पर फिर तुसी विजिट करोगे? देखो, दो मेजर एरियाज ने, कैलिफोर्निया और न्यूयॉर्क, उन्होंने दोनों के अंदर ही मेरी OPDs रहनगियां जी। कवर तो देखो ज्यादा एरियाज करने चाहते थे, लेकिन ऑलरेडी है ना, दो जगहों के अंदर ही इन्ना टाइम लग जाता है, लास्ट टाइम भी काफ़ी ज़्यादा समय उत्थे लग गया सी कि अगे नहीं जाया जा पाएगा, इस करके कैलिफोर्निया एंड न्यूयॉर्क दोनों ही जगहों के उपर मैं अवेलेबल रहांगा। अगर कोई भी पेशेंट डिटेल्स डिस्कस करना चाहता वा, जी मैं रिक्वेस्ट करता हूँ हमेशा कि प्लीज़ तुम अपन रिपोर्ट्स ऑलरेडी साड़ी जी मोबाइल ऐप है IndiCare, वो गूगल प्ले स्टोर तो डाउनलोड करके उस अपन रिपोर्ट्स अपलोड कर सकते हो, साढ़े डॉक्टर्स नाल डिस्कस कर सकते हो, ताकि उत्थे जो मेरे को समा घट होए, तुम जो मिलो तो मैं बेस्ट गाइडेंस दे सकां, उसले रिपोर्ट्स कई बार उन्नी अच्छी एनालाइज नहीं हो पाती। बिल्कुल जी, क्योंकि तुसी भी जाना, बहुत सारे पेशेंट जड़े ने मिलन दे लई पहुंच जांदे ने, फिर गल की हुंदी है कि टाइम तो हाडे कोल भी घट हुंदा, ते पेशेंट दा तुहाडा भी टाइम जड़ा वह वेस्ट हुंदा। सो जी IndiCare दी ऐप जड़ी है वो डाउनलोड कर लो, USA दे विच कैलिफोर्निया न्यूयॉर्क दे विच सर विजिट करन के 15 अगस्त तो बाद प्रॉपर जी टाइमिंग, प्रॉपर प्लेस, प्रॉपर अपॉइंटमेंट, जो नंबर फ्लैश हो रहे हैं इन्हें कॉल करके लै सकते हो जी, तो नाल दी नाल IndiCare ऐप जी डाउनलोड करना बिल्कुल ना भूलो, क्योंकि हमेशा ही थोड़े काम आने वाली है। जेकर तुम मान लो इन्हों को विजिट नहीं भी कर सकते, मान लो कि USA कैलिफोर्निया न्यूयॉर्क के आस पास नहीं रेंगे, दूर रहने हो, तो IndiCare ऐप डाउनलोड करोगे, अपनी रिपोर्ट्स जिहड़ियां उत्ते डायरैक्ट सेंड कर सकते हो, बाकी जोड़े नंबर फ्लैश हो रहे हैं इन्हां नंबर ते भी कॉल करके अपनी प्रॉब्लम जिहड़ी है डिस्कस कर सकते हो। USA दे विच काफ़ी जगह, एरीजोना दे विच है, फ्लोरिडा दे विच, न्यूयॉर्क, कैलिफोर्निया, सिएटल, हरेक जगह दे इन्हां दे सेंटर्स ने, उत्थे विजिट करो। जेकर दूर रहने हो, नहीं विजिट कर सकते, तो जो नंबर फ्लैश हो रहे हैं इन्हां नंबर ते कॉल करोगे, पूरी एक्सपर्ट टीम मौजूद है जी, जो तुहाडियां कॉल्स लेगी, अपनी प्रॉब्लम डिस्कस करो, अपनी रिपोर्ट सेंड करो, मेडिसिन तो हानू जड़ी है घर बैठे भी पहुँचा दी जाएगी। सो जी इस टाइम मौका हैगा, क्योंकि लाइव शो चल रहा, तुसी डायरैक्ट इन्हों कॉल करके अपनी प्रॉब्लम जी है वो डिस्कस कर सकते हो। सो सर, किडनी स्टोन की गल हो रही है, जिवें तुसी दस दते साइन की होंगे, ये भी दस दते हल्की हल्की बैक पेन है ना, इदा दी चीज़ा, पर बाकी लिक्विड्स जड़े ने वो ज़्यादा लेने चाहिए? बिल्कुल जी, लिक्विड्स वध लेने चाहिए ने, नाल मैं कुछ होम रेमेडीज भी चाहवांगा दसनिया, जिहड़े भी किडनी पेशेंट्स जिन्हों के स्टोन बनते हैं अगर रेगुलरली लैन, तो किडनी स्टोन बनन गए नहीं जी। देखो वो सब तो कॉमन चीज़ जी है वो है कॉन सिल्क टी, छली के जोड़े वाल ने, कॉन के जोड़े वाल ने, आप कॉन तो ले लें, लेकिन आप कॉन के वालों सुट दें, वो वाला का काढ़ा कॉन सिल्क का वो आप जरूर लैना वै, बहुत ही वधिया जिहड़ा वै फायदा दिंदा वै। दूसरी कुल्थां की दाल, होर्स ग्रैम जिहड़ी साड़ी है दाल, वो जरूर लवो जी, कुल्थ की दाल बहुत ज़्यादा फायदा करती है, स्टोन बन चुका वै तो उन्हें तोड़ दी है, और अगर स्टोन नहीं बनया
ਤੇ ਬਣਨ ਤੋਂ ਰੋਕਦੀ ਹੈ। ਇਹ ਦੋ ਕਾਮਨ ਚੀਜ਼ਾਂ ਤਾਂ ਕਰਨੀਆਂ ਚਾਹੀਦੀਆਂ ਮਰੀਜ਼ ਨੂੰ। ਇਹਦੇ ਨਾਲ ਨਾਲ ਜਿਹੜੀ ਤੀਜੀ ਚੀਜ਼ ਪੇਸ਼ੈਂਟ ਕਰ ਸਕਦਾ ਉਹ ਐਲਮੈਂਟਸ ਹੈ। ਸਾਡੇ ਪਹਿਲੇ ਇੱਕ ਆਦਤ ਹੁੰਦੀ ਸੀ ਬਦਾਮ ਨੂੰ ਰਾਤੀ ਭਿਓ ਤੇ ਖਾਓ, ਅਗਰ ਬਦਾਮ ਭਿਓ ਕੇ ਖਾਧੇ ਜਾਣ ਬਹੁਤ ਫਾਇਦਾ ਕਰਦੇ ਨੇ, ਸਟੋਨ ਨੂੰ ਬ੍ਰੇਕ ਕਰਨ ਦੇ ਅੰਦਰ ਹੈਲਪ ਕਰਦੇ ਨੇ। ਐਂਡ ਲਾਸਟ ਬਟ ਨੋਟ ਦਾ ਲੀਸਟ ਹੈ ਜੀ ਬੇਕਿੰਗ ਸੋਡਾ। ਕੋਈ ਟਾਈਮ ਸੀ ਆਪਾਂ ਆਪਣੇ ਖਾਣ 'ਚ ਬੇਕਿੰਗ ਸੋਡਾ ਪਾਉਂਦੇ ਹੁੰਦੇ ਸੀ, ਲੇਕਿਨ ਅੱਜ ਆਪਾਂ ਛੱਡ ਚੁੱਕੇ ਹਾਂ। ਸਾਨੂੰ ਡਰਾ ਤਾ ਗਿਆ ਨਹੀਂ ਜੀ ਬੇਕਿੰਗ ਸੋਡਾ ਨੁਕਸਾਨ ਕਰਦਾ ਵੈ। ਬੇਕਿੰਗ ਸੋਡਾ ਅਗਰ ਇੱਕ ਪਿੰਚ ਦੇ ਅੰਦਰ ਜਾਂ ਦੋ ਪਿੰਚਸ ਡਾਇਟ 'ਚ ਲਿੱਤਾ ਜਾਵੇ ਉਹ ਸਟੋਨ ਤੋੜਦਾ ਵੀ ਹੈ, ਬਣਨ ਤੋਂ ਰੋਕਦਾ ਵੀ ਹੈ, ਔਰ ਕਿਡਨੀ ਨੂੰ ਵੀ ਪ੍ਰੋਟੈਕਟ ਕਰਦਾ ਵੈ ਜੀ। ਓਕੇ ਸੋ ਸਰ ਅੱਗੇ ਵੀ ਗੱਲਬਾਤ ਕਰਾਂਗੇ ਪਰ ਕਾਲਰ ਲੈ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕੀ ਪੁੱਛਣਾ ਚਾਹੋਗੇ? ਮੈਂ ਗੱਲ ਆਪਣੇ ਬਾਰੇ ਕਰ ਰਹੀ ਆ ਤੇ ਮੈਂ ਇੱਕ ਵਾਰੀ ਪਹਿਲਾਂ ਵੀ ਕਾਲ ਕੀਤੀ ਸੀ ਤੇ ਮੇਰੇ ਤੇਜ਼ਾਬ ਬਹੁਤ ਹੁੰਦਾ ਆ ਤੇ ਖਾਣਾ ਹਜ਼ਮ ਨਹੀਂ ਹੋ ਰਿਹਾ ਮੈਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਸਰ, ਹਾਂਜੀ ਹਾਂਜੀ, ਤੁਸੀਂ ਉਹਦੇ ਵਾਸਤੇ ਜੀ ਮੈਂ ਗਾਈਡਲਾਈਨਸ ਤੁਹਾਨੂੰ ਦਿੱਤੀਆਂ ਹੋਣਗੀਆਂ, ਕੁਝ ਫਾਲੋ ਕੀਤੀਆਂ? ਦੇਖੋ, ਮੁਲੱਠੀ ਹਮੇਸ਼ਾ ਖਾਣੇ ਤੋਂ ਪਹਿਲੇ ਖਾਈਦੀ ਹੈ ਜੀ, ਤੇ ਜੀਰਾ ਹਮੇਸ਼ਾ ਖਾਣੇ ਤੋਂ ਬਾਅਦ ਖਾਈਦਾ ਵਾ। ਨਹੀਂ, ਉਹ ਇੱਕ ਅਲੱਗ ਚੀਜ਼ ਹੈ ਜੀ। ਦੇਖੋ, ਜੀਰਾ ਜੇ ਆਪਾਂ ਦਵਾਈ ਦੇ ਤੌਰ ਤੇ ਖਾਣਾ ਨਾ ਜੀ, ਤੇ ਆਪਾਂ ਕਿਸੇ ਚੀਜ਼ ਚ ਪਾ ਕੇ ਨਹੀਂ ਖਾਣਾ, ਉਹਨੂੰ ਭੁੰਨ ਕੇ ਆਪਾਂ ਅੱਧਾ ਕੁ ਚਮਚ ਤੁਸੀਂ ਖਾ ਲਵੋ ਦਵਾਈ ਸਮਝ ਕੇ, ਉੱਪਰੋਂ ਉਹਦੇ ਤੁਸੀਂ ਗਰਮ ਪਾਣੀ ਪੀ ਲਓ, ਉਹਨੂੰ ਕਿਸੇ ਚੀਜ਼ 'ਚ ਮਿਕਸ ਕਰੋਗੇ ਨਾ ਉਹਦਾ ਇਫੈਕਟ ਘੱਟ ਜਾਏਗਾ ਕਾਫੀ ਜ਼ਿਆਦਾ। ਓ ਅੱਛਾ ਜੀ। ਹਾਂਜੀ ਹਾਂਜੀ, ਔਰ ਮੁਲੱਠੀ ਖਾਣੇ ਤੋਂ ਪਹਿਲੇ, ਉਹ ਖਾਣੇ ਤੋਂ ਬਾਅਦ ਖਾਣ ਦਾ ਇੰਨਾ ਫਾਇਦਾ ਨਹੀਂ ਹੈ। ਔਰ ਠੀਕ ਆ, ਮੈਂ ਤੁਹਾਨੂੰ ਆਪਣੀ ਮੈਨੂੰ ਕਿੰਨੀਆਂ ਬਿਮਾਰੀਆਂ ਹੈਗੀਆਂ ਮੈਂ ਆਪਣੀਆਂ ਫੋਟੋਆਂ ਤੁਹਾਨੂੰ ਭੇਜਣੀਆਂ ਚਾਹੁੰਦੀ ਹਾਂ, ਮਤਲਬ ਹਾਂਜੀ ਹਾਂਜੀ ਤੁਸੀਂ ਮੈਨੂੰ ਤਾਂ ਮੈਂ ਨਹੀਂ ਸਕਦੀ ਜਿੱਥੇ ਜਿੱਥੇ ਹੈਗੇ ਬੱਚੇ ਇੰਨੇ ਬਿਜ਼ੀ ਆ, ਨਹੀਂ ਲੈ ਕੇ ਮੈਨੂੰ ਆ ਸਕਦੇ ਹੈਗੇ, ਰਹਿੰਦੇ ਅਸੀਂ ਕੈਲੀਫੋਰਨੀਆ ਦੇ ਵਿੱਚ ਹੀ ਆ। ਅੱਛਾ ਅੱਛਾ ਅੱਛਾ, ਪਰ ਮੈਂ ਤੁਹਾਨੂੰ ਰਿਪੋਰਟਾਂ ਸਪੈਰ ਗਿਆ, ਮੇਰੇ ਲੀਵਰ 'ਚ ਥੋੜ੍ਹੀ ਪ੍ਰੋਬਲਮ ਆਈ ਹੋਈ ਆ। ਕੋਈ ਗੱਲ ਨਹੀਂ ਜੀ, ਤੁਸੀਂ ਜਿਹੜੇ ਨੰਬਰ ਆ ਰਹੇ ਨੇ ਤੇ ਵਟਸਐਪ ਵੀ ਚੱਲਦਾ ਵਾ, ਤੁਸੀਂ ਵਟਸਐਪ ਕਰ ਸਕਦੇ ਹੋ, ਤੁਸੀਂ ਸਾਡੀ ਐਪ ਡਾਊਨਲੋਡ ਕਰ ਸਕਦੇ ਹੋ, ਦੋਨਾਂ ਤਰੀਕਿਆਂ 'ਚੋਂ ਤੁਸੀਂ ਜਿਸ ਤਰ੍ਹਾਂ ਮਰਜ਼ੀ ਰਿਪੋਰਟ ਭੇਜ ਦਿਓ, ਮੇਰੇ ਡਾਕਟਰਸ 24 hours ਅਵੇਲੇਬਲ ਨੇ, ਉਹ ਤੁਹਾਨੂੰ ਉਸੇ ਵੇਲੇ ਪੂਰੀ ਦੀ ਪੂਰੀ ਚੀਜ਼ਾਂ ਦੱਸਣਗੇ ਜੀ। ਮੈਨੂੰ ਖਾਣਾ ਇੱਕ ਤਾਂ ਹਜ਼ਮ ਨਹੀਂ ਹੁੰਦਾ, ਘੰਟੇ ਖਾਣਾ ਖਾ ਕੇ ਘੰਟੇ ਇਦਾਂ ਹੁੰਦਾ ਮੇਰਾ ਖਾਣਾ ਗਲੇ ਦੇ ਵਿੱਚ ਵਾਪਸ ਆ ਲਾ, ਉਹੀ ਟੇਸਟ ਖਾਣੇ ਦਾ ਮੇਰੇ ਗਲੇ 'ਚੋਂ ਆ ਰਿਹਾ ਹੁੰਦਾ ਆ। ਤੁਸੀਂ ਇਹ ਦੋ ਚੀਜ਼ਾਂ ਬਸ ਸ਼ੁਰੂ ਕਰੋ ਸਭ ਤੋਂ ਪਹਿਲੇ ਤੇ, ਜਿਹੜੀ ਬਿਲਕੁਲ ਕਾਮਨ ਚੀਜ਼ ਤੁਸੀਂ ਸ਼ੁਰੂ ਕਰ ਸਕਦੇ ਹੋ, ਬਾਕੀ ਜਦੋਂ ਤੁਸੀਂ ਰਿਪੋਰਟਸ ਭੇਜੋਗੇ ਨਾ ਆਪਾਂ ਤੁਹਾਨੂੰ ਹੋਰ ਵੀ ਕੁਝ ਚੀਜ਼ਾਂ ਗਾਈਡ ਕਰਾਂਗੇ, ਲੇਕਿਨ ਇਹ ਦੋ ਤੇ ਤੁਸੀਂ ਪਹਿਲੇ ਹੀ ਸ਼ੁਰੂ ਕਰ ਲਵੋ, ਮੁਲੱਠੀ ਖਾਣੇ ਤੋਂ ਪਹਿਲੇ, ਜੀਰਾ ਖਾਣੇ ਤੋਂ ਬਾਅਦ। ਠੀਕ ਆ, ਗਰਮ ਪਾਣੀ ਨਾਲ ਖਾਣਾ ਹੈ। ਹਾਂਜੀ ਹਾਂਜੀ, ਗਰਮ ਪਾਣੀ ਨਾਲ। ਬਿਲਕੁਲ ਜੀ, ਬਾਕੀ ਜਿਹੜੇ ਨੰਬਰ ਫਲੈਸ਼ ਨੇ ਇਹ ਨੰਬਰ ਨੋਟ ਕਰਕੇ ਰੱਖ ਲਓ, ਇੱਥੇ ਤੁਸੀਂ ਕਾਲ ਕਰ ਸਕਦੇ ਹੋ ਤੇ ਫਿਰ ਵਟਸਐਪ ਵੀ ਕਰ ਸਕਦੇ ਹੋ ਆਪਣੀਆਂ ਰਿਪੋਰਟ, ਬਾਕੀ ਉਹ ਗਾਈਡੈਂਸ ਪੂਰੀ ਤੁਹਾਨੂੰ ਪ੍ਰੋਪਰ ਮਿਲ ਜਾਏਗੀ। ਠੀਕ ਹੈ ਜੀ, ਥੈਂਕ ਯੂ ਸੋ ਮਚ। ਸੋ ਸਰ, ਕਿਡਨੀ ਦੀ ਗੱਲ ਹੋ ਰਹੀ ਸੀਗੀ, ਘਰੇਲੂ ਨੁਸਖੇ ਤੁਸੀਂ ਦੱਸ ਦਿੱਤੇ ਨੇ, ਹੁਣ ਆਯੁਰਵੇਦ ਦੇ, ਪਹਿਲਾਂ ਤਾਂ ਇਹ ਦੱਸੋ ਕਿ ਐਲੋਪੈਥੀ ਦੇ ਵਿੱਚ ਕੋਈ ਟ੍ਰੀਟਮੈਂਟ ਹੈਗਾ? ਮੈਂ ਤਾਂ ਇਹ ਸੁਣਿਆ ਕਿ ਜਦੋਂ ਪੱਥਰੀ ਹੋ ਜਾਂਦੀ ਫਿਰ ਆਪਰੇਸ਼ਨ ਕਰਕੇ ਕੱਢੀ ਜਾਂਦੀ ਹੈ। ਦੇਖੋ, ਪੱਥਰੀ ਦੇ ਅੰਦਰ ਕੀਤਾ ਤੇ ਐਲੋਪੈਥੀ ਇਲਾਜ ਜਿਹੜਾ ਉਹ ਸਰਜਰੀ ਹੀ ਹੈ। ਓਕੇ, ਔਰ ਅਗਰ ਆਪਾਂ ਦਵਾਈਆਂ ਦੀ ਗੱਲ ਕਰੀਏ, ਅਪਾਰਟ ਫਰੋਮ ਪੇਨ ਕਿਲਰਸ, ਸਿਰਫ ਇੱਕ ਦਰਦ ਦੀ ਗੋਲੀਆਂ ਨੇ ਜਿਹੜੀਆਂ ਅਗਰ ਪੇਸ਼ੈਂਟ ਨੂੰ ਦਰਦ ਹੋ ਰਹੀ ਤੇ ਦਰਦ ਸ਼ਾਂਤ ਕਰ ਦੇਣਗੀਆਂ। ਓਕੇ, ਅਦਰਵਾਈਜ਼ ਲਿਥੋਟ੍ਰਿਪਸੀ ਹੈ ਜੀ, ਲੇਜ਼ਰ ਦੇ ਨਾਲ ਕਿਡਨੀ ਦਾ ਸਾਈਜ਼ ਜਿਹੜਾ ਵਾ ਉਹ ਥੋੜ੍ਹਾ ਛੋਟਾ ਕਰ ਦਿੰਦੇ ਨੇ ਉਹਦਾ ਸਟੋਨ ਦਾ, ਅਤੇ ਉਹ ਸਟੋਨ ਜਿਹੜਾ ਵਾ ਕਈ ਵਾਰੀ ਜਿਹੜੀ ਸਾਡੀ ਯੂਰੇਟਰ ਉਹ 'ਚੋਂ ਨਿਕਲ ਜਾਂਦਾ ਵਾ, ਲੇਕਿਨ ਉਹਦਾ ਨੁਕਸਾਨ ਹੈ ਕਈ ਵਾਰੀ ਅੜ ਵੀ ਜਾਂਦਾ ਵਾ, ਕਿਉਂਕਿ ਯੂਰੇਟਰ ਬਹੁਤ ਪਤਲੀ ਹੈ, ਸਟੋਨ ਅਗਰ ਵੱਡੇ ਨੇ, ਆਪਾਂ ਲਿਥੋਟ੍ਰਿਪਸੀ ਵੀ ਕਰਵਾ ਲਈਏ ਅਗਰ ਲੇਜ਼ਰ ਨਾਲ ਤੁੜਵਾ ਵੀ ਲਈਏ, ਅੱਗੇ ਜਾ ਕੇ ਫਿਰ ਯੂਰੇਟਰ ਦੇ ਅੰਦਰ ਜਿਹੜੇ ਨੇ ਫਸ ਜਾਂਦੇ ਨੇ। ਇਹਦੇ 'ਚ ਇੱਕ ਧਿਆਨ ਦੇਣ ਵਾਲੀ ਚੀਜ਼ ਹੈ ਵੈ ਕਿ ਇਹ ਕਦੋਂ ਪਤਾ ਚੱਲੇ ਕਿ ਵੀ ਇਹ ਵਾਲਾ ਸਟੋਨ ਰਿਸਕੀ ਹੈ ਤੇ ਇਹ ਵਾਲਾ ਸਟੋਨ ਨਹੀਂ ਰਿਸਕੀ ਹੈ, ਕਿਉਂਕਿ ਪੇਸ਼ੈਂਟ ਦੇ ਮਨ 'ਚ ਸਭ ਤੋਂ ਵੱਡਾ ਸਵਾਲ ਤੇ ਇਹ ਹੀ ਹੁੰਦਾ ਵਾ ਕਿ ਵੀ ਇਹ ਸਟੋਨ ਰਹਿਣ ਦੀ ਹੈ, ਕੋਈ ਗੱਲ ਤੇ ਨਹੀਂ, ਐਮਰਜੈਂਸੀ ਤੇ ਨਹੀਂ ਕੁਛ ਨਿਕਾਲਣ ਦੀ, ਔਰ ਈਵਨ ਟਾਈਮ ਇੱਦੇ ਹੀ ਟਪਾਉਂਦੇ ਜਾਂਦੇ ਨੇ ਹੌਲੀ ਹੌਲੀ ਹੌਲੀ। ਹੁਣ ਉਹਦੇ 'ਚ ਆਪਾਂ ਧਿਆਨ ਹੈ ਰੱਖਣਾ ਜੀ, ਜੇ ਤੇ ਸਟੋਨ ਤੁਹਾਡੇ ਯੂਰੇਟਰ 'ਚ ਆ ਗਿਆ ਵਾ, ਯੂਰੇਟਰ ਮਤਲਬ ਜਿਹੜੀ ਪਾਈਪ ਹੈ ਸਾਡੀ ਜਿਹੜਾ ਯੂਰਿਨ ਅੱਗੇ ਬਲੈਡਰ 'ਚ ਲੈ ਕੇ ਜਾ ਰਹੀ ਹੈ, ਫਿਰ ਆਪਾਂ ਜਿਹੜਾ ਵਾ ਉਹ ਸਟੋਨ ਨੂੰ ਇਮੀਡੀਏਟ ਨਿਕਲਵਾਉਣਾ ਜੀ, ਕਿਉਂਕਿ ਅਗਰ ਆਪਾਂ ਉਸ ਵੇਲੇ ਸਟੋਨ ਨੂੰ ਨਹੀਂ ਨਿਕਲਵਾਉਂਦੇ ਦੈਨ ਇਟ ਬਿਕਮਸ ਵੈਰੀ ਰਿਸਕੀ। ਜੀ ਸਰ, ਆਪਾਂ ਕੰਟੀਨਿਊ ਕਰਾਂਗੇ ਪਰ ਬ੍ਰੇਕ ਲੈ ਲੈਣੇ ਇੱਕ। ਸੋ ਜੀ, ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆਉਣੇ, ਤੁਸੀਂ ਨੰਬਰ ਡਾਇਲ ਕਰ ਸਕਦੇ ਹੋ, ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ, ਹੈਲਥ ਪਲੱਸ ਸਾਡਾ ਸ਼ੋਅ ਚੱਲ ਰਿਹਾ ਅਤੇ ਡਾਕਟਰ ਨਵਦੀਪ ਸ਼ਰਮਾ ਜੀ ਆਯੁਰਵੈਦਿਕ ਸਪੈਸ਼ਲਿਸਟ ਸਾਡੇ ਨਾਲ ਨੇ, ਗੱਲਬਾਤ ਹੋ ਰਹੀ ਹੈ ਜੀ ਕਿਡਨੀ ਸਟੋਨ ਨੂੰ ਲੈ ਕੇ। ਬਾਕੀ ਇਹ ਲਾਈਵ ਸ਼ੋਅ ਹੈਗਾ, ਡਾਇਰੈਕਟ ਤੁਸੀਂ ਕਾਲ ਕਰ ਸਕਦੇ ਹੋ ਡਾਕਟਰ ਨਵਦੀਪ ਸ਼ਰਮਾ ਜੀ ਦੇ ਨਾਲ, ਆਪਣੀ ਕੋਈ ਵੀ ਹੈਲਥ ਇਸ਼ੂ ਹੈਗਾ ਉਹਨੂੰ ਡਿਸਕਸ ਕਰ ਸਕਦੇ ਹੋ। ਸੋ ਸਰ, ਕਿਡਨੀ ਸਟੋਨ ਨੂੰ ਲੈ ਕੇ ਗੱਲ ਹੋ ਰਹੀ ਸੀ, ਟ੍ਰੀਟਮੈਂਟ ਦੀ ਗੱਲ ਕਰਾਂਗੇ ਪਰ ਪਹਿਲਾਂ ਇੱਕ ਕਾਲਰ ਲੈ ਲੈਂਦੇ ਆਪਾਂ। ਹੈਲੋ,
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੁੱਛਣਾ ਸੀ ਡਾਕਟਰ ਸਾਹਿਬ ਨੂੰ ਜੀ ਹਾਂਜੀ ਪੁੱਛੋ ਕੰਨਾਂ 'ਚ ਰਿੰਗਿੰਗ ਹੁੰਦੀ ਉਹਦੇ ਲਈ ਕੀ ਇਹ ਕਦੋਂ ਕਦੀ ਹੋ ਰਹੀ ਹੈ ਜੀ ਕਿੰਨੀ ਕੁ ਦੇਰ ਹੋ ਗਈ ਹੁੰਦੇ ਹੋਵੇ 6-7 ਮਹੀਨੇ ਹੋ ਗਏ 8-9 ਮਹੀਨੇ ਹੋ ਗਏ ਤੇ ਸਰ ਡਾਇਬਟਿਕ ਤਾਂ ਨਹੀਂ ਹੋ ਹਾਂਜੀ ਡਾਇਬਟਿਕ ਤਾਂ ਨਹੀਂ ਨਾ ਬਲੱਡ ਸ਼ੂਗਰ ਵਗੈਰਾ ਨੋਰਮਲ ਹੈ ਨਾ ਆਪਣੀ ਹਾਂਜੀ ਹਾਂਜੀ ਦੇਖੋ ਆਮ ਤੌਰ ਤੇ ਕੰਨਾਂ 'ਚ ਅਗਰ ਇਸ ਤਰ੍ਹਾਂ ਹੁੰਦਾ ਵੈ ਇਹਨੂੰ ਆਪਾਂ ਕਹਿੰਦੇ ਨੇ ਆਪਾਂ ਕਰਨ ਨਾਦ ਕਹਿੰਦੇ ਹਾਂ ਇਹਨੂੰ ਆਯੁਰਵੇਦ ਦੇ ਅੰਦਰ ਅਤੇ ਇਹ ਨਿਊਰੋਜੈਨਿਕ ਪ੍ਰੋਬਲਮ ਹੈ ਜਿਹੜੀ ਸਾਡੀ ਆਡੀਟਰੀ ਨਰਵ ਹੈ ਕੰਨ ਤੋਂ ਜਿਹੜੀ ਮੈਸੇਜ ਲੈ ਕੇ ਬ੍ਰੇਨ ਵੱਲ ਨਰਵ ਜਾਂਦੀ ਹੈ ਨਾ ਜੀ ਉਹਦੇ 'ਚ ਆਉਣ ਵਾਲੀ ਪ੍ਰੋਬਲਮ ਦੇ ਕਰਕੇ ਹੁੰਦੀ ਹੈ ਇਹਦੇ 'ਚ ਇੱਕ ਆਯੁਰਵੇਦ 'ਚ ਦੱਸਿਆ ਗਿਆ ਜੀ ਕਰਨ ਪੂਰਨ ਚਿਕਿਤਸਾ ਇੱਕ ਤੇਲ ਆਉਂਦਾ ਵੈ ਜਿਹੜਾ ਕਿ ਬਿੱਲ ਦਾ ਬਣਦਾ ਜਿਹੜਾ ਸ਼ਿਵ ਜੀ ਨੂੰ ਬਿੱਲ ਪੱਤਲ ਚੜ੍ਹਾਈਦਾ ਨਾ ਜੀ ਉਸ ਬਿੱਲ ਦਾ ਇੱਕ ਤੇਲ ਬਣਦਾ ਬਿਲਵਾਦੀ ਤੇਲਮ ਉਹ ਤੇਲ ਜਿਹੜਾ ਵੈ ਉਹ ਕੁਛ ਬੂੰਦਾਂ ਕੰਨ 'ਚ ਪਾਉਣੀਆਂ ਚਾਹੀਦੀਆਂ ਨੇ ਬਹੁਤ ਫਾਇਦਾ ਕਰਦਾ ਵੈ ਦੂਜੀ ਚੀਜ਼ ਜਿਹੜੀ ਇਹਦੇ 'ਚ ਫਾਇਦਾ ਕਰਦੀ ਉਹ ਕਰਦੀ ਹੈ ਰਸੋਨ ਖੀਰ ਪਾ ਕੇ ਜਿਹੜਾ ਤੁਸੀਂ ਘਰ 'ਚ ਆਪ ਬਣਾ ਸਕਦੇ ਹੋ ਲਸਣ ਦਾ ਬਣਾਈਦਾ ਵੈ ਜੀ ਤੁਸੀਂ ਕੀ ਕਰਨਾ ਵੈ ਤਕਰੀਬਨ ਤੁਸੀਂ ਕੋਈ 5 ਤੁਰੀਆਂ ਲਸਣ ਦੀਆਂ ਲੈ ਲੈਣੀਆਂ ਨੇ ਉਹਨਾਂ 5 ਤੁਰੀਆਂ ਲਸਣ ਨੂੰ ਤੁਸੀਂ ਚੰਗੀ ਤਰ੍ਹਾਂ ਨਾ ਮੈਸ਼ ਕਰ ਲੈਣਾ ਚਮਚੇ ਨਾਲ ਫੇਹ ਲੈਣਾ ਵਾ ਹੁਣ ਤੁਸੀਂ ਉਹਦੇ 'ਚ ਪਾ ਲਵੋ ਕਰੀਬਨ ਕੋਈ 250 ml ਦੁੱਧ ਅਤੇ 250 ml ਹੀ ਪਾਣੀ ਜਦੋਂ ਪਾਣੀ ਸਾਰਾ ਦਾ ਸਾਰਾ ਜਲ ਜਾਵੇ ਇਕੱਲਾ ਦੁੱਧ ਰਹਿ ਜਾਵੇ ਉਹਨੂੰ ਤੁਸੀਂ ਛਾਣ ਕੇ ਪੀ ਲੈਣਾ ਇਹਨੂੰ ਗੈਸ 'ਤੇ ਰੱਖਣਾ ਪਹਿਲੇ ਸਿਮ 'ਤੇ ਤੁਸੀਂ ਹੌਲੀ ਹੌਲੀ ਕਰਕੇ ਪਾਣੀ ਜਿਹੜਾ ਸਾਰਾ ਸੁੱਕਦਾ ਜਾਏਗਾ ਇਕੱਲਾ ਦੁੱਧ ਰਹਿ ਜਾਏਗਾ ਉਸ ਲਸਣ ਦਾ ਅਸਰ ਜਿਹੜਾ ਫਿਰ ਨਾ ਉਹਦੇ ਦੁੱਧ 'ਚ ਆ ਗਿਆ ਹੋਏਗਾ ਤੁਸੀਂ ਇਹ ਰੋਜ਼ ਪੀਣਾ ਸ਼ੁਰੂ ਕਰੋ ਕੋਸ਼ਿਸ਼ ਕਰੋ ਇਹ ਜਿਹੜਾ ਤੇਲ ਤੁਹਾਨੂੰ ਮੈਂ ਦੱਸਿਆ ਮਿਲ ਸਕੇ ਨਹੀਂ ਮਿਲਦਾ ਤੁਸੀਂ ਮੇਰੇ ਹੈਲਪਲਾਈਨਸ 'ਤੇ ਕਾਲ ਕਰ ਸਕਦੇ ਹੋ ਆਪਾਂ ਟਰਾਈ ਕਰਾਂਗੇ ਤੁਹਾਨੂੰ ਗਾਈਡ ਕਰ ਸਕੀਏ ਉੱਥੇ ਕਿੱਥੇ ਮਿਲੇਗਾ ਅਤੇ ਨਾਲ ਤੁਸੀਂ ਇਹ ਲਸਣ ਵਾਲੀ ਚੀਜ਼ ਕਰੋ ਇਹ ਦੋਨਾਂ ਚੀਜ਼ਾਂ ਦੇ ਨਾਲ ਮਨ ਲੱਗਦਾ ਤੁਹਾਨੂੰ ਅੱਛਾ ਫਾਇਦਾ ਹੋਏਗਾ ਅਗਰ ਨਹੀਂ ਤਾਂ ਇੱਕ ਨਾਲ ਹੋਰ ਚੀਜ਼ ਐਡ ਕਰ ਲਓ ਭ੍ਰਾਮਰੀ ਪ੍ਰਾਣਾਯਾਮ ਮੇਰਾ ਯੂਟਿਊਬ 'ਤੇ ਚੈਨਲ ਹੈ ਜੀ ਆਪਣਾ ਡਾਕਟਰ ਨਵਦੀਪ ਸ਼ਰਮਾ ਦੇ ਨਾਮ 'ਤੇ ਉਹਦੇ 'ਚ ਮੈਂ ਪ੍ਰਾਣਾਯਾਮ ਸਿਖਾਏ ਨੇ ਸਾਰੇ ਕਿਸ ਤਰ੍ਹਾਂ ਕਰੀਦੇ ਨੇ ਉਹਦੇ 'ਚ ਜਿਹੜਾ ਭ੍ਰਾਮਰੀ ਪ੍ਰਾਣਾਯਾਮ ਹੈ ਉਹ ਤੁਹਾਡੇ ਵਾਸਤੇ ਬਹੁਤ ਵਧੀਆ ਇਸ ਚੀਜ਼ ਉਸਤੇ ਅਤੇ ਨਾਲ ਤੁਸੀਂ ਭ੍ਰਾਮਰੀ ਪ੍ਰਾਣਾਯਾਮ ਵੀ ਐਡ ਕਰੋ ਭ੍ਰਾਮਰੀ ਪ੍ਰਾਣਾਯਾਮ ਹੁੰਦਾ ਜੀ ਭਵਰੇ ਵਕਨ ਆਵਾਜ਼ ਕੱਢ ਕੇ ਨਾ ਆਪਣੇ ਇੱਥੇ ਉਂਗਲੀਆਂ ਰੱਖਣੀਆਂ ਨੇ ਅਤੇ ਕਰਕੇ ਇਸ ਤਰ੍ਹਾਂ ਲੰਬਾ ਜਿਹਾ ਨਾ ਆਪਾਂ ਇੱਕ ਭਵਰੇ ਵਕਨ ਦੀ ਆਵਾਜ਼ ਕੱਢੀ ਭ੍ਰਾਮਰੀ ਪ੍ਰਾਣਾਯਾਮ ਕਹਿੰਦੇ ਨੇ ਇਹ ਫਾਇਦਾ ਦਿੰਦਾ ਸਾਡੀਆਂ ਆਡੀਟਰੀ ਨਰਵਸ ਨੂੰ ਅਤੇ ਮੇਰੇ ਯੂਟਿਊਬ ਦੇ ਚੈਨਲ 'ਤੇ ਮੈਂ ਚੰਗੀ ਤਰ੍ਹਾਂ ਸਮਝਾਇਆ ਹੋਇਆ ਵੈ ਲੰਬਾ ਡਿਟੇਲ 'ਚ ਤੁਸੀਂ ਕੋਸ਼ਿਸ਼ ਕਰੋ ਭ੍ਰਾਮਰੀ ਪ੍ਰਾਣਾਯਾਮ ਤੁਸੀਂ ਨਾਲ ਕਰੋ ਬਾਕੀ ਫਿਰ ਵੀ ਕੋਈ ਪ੍ਰੋਬਲਮ ਰਹਿੰਦੀ ਹੈ ਹੈਲਪਲਾਈਨ 'ਤੇ ਕਾਲ ਕਰੋ ਮੇਰੀ ਟੀਮ ਤੁਹਾਨੂੰ ਪੂਰਾ ਗਾਈਡ ਕਰੇਗੀ ਜੀ ਬਿਲਵਾਦੀ ਤੇਲਮ ਬਿਲਵ ਆਦੀ ਤੇਲਮ ਬੇਲ ਤੋਂ ਬਣਨ ਲਾ ਤੇਲਮ ਬਾਕੀ ਜੀ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਉਹ ਨੰਬਰ ਤੁਸੀਂ ਡਾਕਟਰ ਸਾਹਿਬ ਇਹਨਾਂ ਦੇ ਨੋਟ ਕਰਕੇ ਰੱਖ ਲਓ ਇਹ 24 ਘੰਟੇ ਅਵੇਲੇਬਲ ਨੇ ਜਦੋਂ ਮਰਜ਼ੀ ਫੋਨ ਕਰਕੇ ਤੁਸੀਂ ਡਿਸਕਸ ਕਰ ਸਕਦੇ ਹੋ ਪ੍ਰੋਬਲਮ ਤੇ ਸਰ ਇਹ ਜੇ ਬਾਈ ਚਾਂਸ ਉੱਥੇ ਨਾ ਅਵੇਲੇਬਲ ਹੋਵੇ ਤੇ ਮਿਲ ਸਕਦਾ ਆਰਡਰ ਤੇ ਤੁਹਾਡੇ ਹਾਂਜੀ ਹਾਂਜੀ ਮਿਲ ਸਕਦਾ ਜੀ ਓਕੇ ਸੋ ਇਹ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਨਾ ਇਹਨਾਂ ਨੰਬਰ ਤੇ ਕਾਲ ਕਰਕੇ ਤੁਸੀਂ ਮੰਗਵਾ ਸਕਦੇ ਹੋ ਤੇਲ ਘਰ ਬੈਠੇ ਵੀ ਮਿਲ ਜਾਏਗਾ ਤੁਹਾਨੂੰ ਠੀਕ ਹੈ ਜੀ ਬਿਲਵਾਦੀ ਜੀ ਬੀ ਤੋਂ ਬੀ ਫੋਰ ਬੋਏ ਤੋਂ ਬਿਲਵਾਦੀ ਤੇਲਮ ਬੱਬੇ ਤੋਂ ਬਿਲਵਾਦੀ ਤੇਲਮ ਠੀਕ ਹੈ ਜੀ ਓਕੇ ਜੀ ਓਕੇ ਥੈਂਕ ਯੂ ਸੋ ਮਚ ਸੋ ਬਿਲਕੁਲ ਜੀ ਜਦੋਂ ਸ਼ੋਅ ਸਟਾਰਟ ਹੋਵੇ ਚਾਹੇ ਲਾਈਵ ਹੋਵੇ ਚਾਹੇ ਰਿਕਾਰਡਡ ਹੋਵੇ ਤੇ ਇੱਕ ਕਾਪੀ ਪੈਨ ਜ਼ਰੂਰ ਨਾਲ ਲੈ ਕੇ ਬਹਿ ਜਾਇਆ ਕਰੋ ਕਿਉਂਕਿ ਬਹੁਤ ਸਾਰੀਆਂ ਅੱਛੇ ਅੱਛੇ ਟਿਪਸ ਜਿਹੜੇ ਤੁਹਾਨੂੰ ਸੁਣਨ ਨੂੰ ਮਿਲਦੇ ਹੈਗੇ ਨੇ ਉਹਨੂੰ ਨਾਲ ਦੀ ਨਾਲ ਨੋਟ ਜਿਹੜਾ ਹੈ ਜ਼ਰੂਰ ਕਰ ਲੈਣਾ ਚਾਹੀਦਾ ਮੈਨੂੰ ਤਾਂ ਲੱਗਦਾ ਕਿ ਤੁਹਾਡਾ ਡੇਲੀ ਜਿਵੇਂ ਕਿ ਸ਼ੋਅ ਚੱਲਦਾ ਹਰੇਕ ਬਿਮਾਰੀ ਦਾ ਟ੍ਰੀਟਮੈਂਟ ਤੁਸੀਂ ਘਰੇਲੂ ਨੁਸਖੇ ਬੜੇ ਅੱਛੇ ਦੱਸਦੇ ਹੋ ਨਾਲ ਦੀ ਨਾਲ ਨੋਟ ਕਰਕੇ ਰੱਖ ਹੀ ਲੈਣੇ ਚਾਹੀਦੇ ਕਦੇ ਵੀ ਆਯੁਰਵੇਦ ਜਿਹੜਾ ਵਾ ਆਯੁਰਵੇਦ ਚੀਜ਼ ਹੀ ਐਸੀ ਹੈ ਜਿਹੜੀ ਕਿ ਦਵਾਈਆਂ ਨਾਲੋਂ ਵੱਧ ਕਿਚਨ ਦੇ ਨਾਲ ਠੀਕ ਕੀਤਾ ਜਾ ਸਕਦਾ ਬੰਦੇ ਨੂੰ ਆਯੁਰਵੈਦਿਕ ਲਾਈਫ ਸਟਾਈਲ ਹੈ ਕੋਸ਼ਿਸ਼ ਹੋਣੀ ਹੈ ਚਾਹੀਦੀ ਕਿ ਦਵਾਈਆਂ ਖਾਣੀਆਂ ਹੀ ਨਾ ਪੈਣ ਆਯੁਰਵੈਦ 'ਚ ਕਿਤੇ ਨਹੀਂ ਲਿਖਿਆ ਗਿਆ ਕਿ ਬੰਦੇ ਨੂੰ ਦਵਾਈਆਂ ਖਵਾ ਕੇ ਤੁਸੀਂ ਦਵਾਈਆਂ ਹੀ ਵੇਚਣੀਆਂ ਨੇ ਤੇ ਬੰਦੇ ਨੂੰ ਬਿਨਾਂ ਦਵਾਈ ਤੋਂ ਠੀਕ ਕਰਤਾ ਜੇ ਉਹ ਸਭ ਤੋਂ ਵਧੀਆ ਚੀਜ਼ ਹੈ ਔਰ ਆਯੁਰਵੈਦ ਦਾ ਜਿਹੜਾ ਮਕਸਦ ਹੈ ਬੇਸਿਕਲੀ ਉਹੀ ਹੈ ਜੀ ਜੀ ਬਿਲਕੁਲ ਜੀ ਸੋ ਜੀ ਕਾਪੀ ਪੈਨ ਲੈ ਕੇ ਰੱਖਿਆ ਕਰੋ ਕੋਲ ਤੇ ਨੋਟ ਕਰਦੇ ਰਿਹਾ ਕਰੋ ਨਾਲ ਦੀ ਨਾਲ ਜਿਹੜੀ ਵੀ ਬਿਮਾਰੀ ਬਾਰੇ ਅਸੀਂ ਡਿਸਕਸ ਕਰਦੇ ਹਾਂ ਬਾਕੀ ਹੁਣ ਤੁਸੀਂ ਕਾਲ ਕਰ ਸਕਦੇ ਹੋ ਜੀ ਆਪਣੀ ਬਿਮਾਰੀ ਕੋਈ ਵੀ ਹੈਲਥ ਇਸ਼ੂ ਹੈਗਾ ਡਿਸਕਸ ਕਰ ਸਕਦੇ ਹੋ ਸੋ ਸਰ ਕਿਡਨੀ ਦੀ ਗੱਲ ਹੋ ਰਹੀ ਸੀ ਕਿਡਨੀ ਤੁਸੀਂ ਦੱਸ ਰਹੇ ਸੀਗੇ ਕਿ ਖਤਰਨਾਕ ਜਿਵੇਂ ਕਿਡਨੀ ਦੀ ਅਸੀਂ ਗੱਲ ਕਰ ਰਹੇ ਸੀ ਆਪਾਂ ਸਟੋਨ ਉਹ ਵਾਲਾ ਜਿਹੜਾ ਖਤਰਨਾਕ ਹੈ ਉਹਦੀ ਗੱਲ ਕਰ ਰਹੇ ਸੀ ਅਗਰ ਸਟੋਨ ਯੂਰੇਟਰ 'ਚ ਚਲੇ ਗਿਆ ਜੀ ਤੁਹਾਡੀ ਪਿਸ਼ਾਬ ਵਾਲੀ ਨਾਲੀ ਦੇ ਅੰਦਰ ਚਲੇ ਗਿਆ ਵੈ ਫਿਰ ਉਹ ਰਿਸਕੀ ਹੈ ਉਹ ਰਿਸਕੀ ਇਸ ਕਰਕੇ ਕਿ ਹੁਣ ਜਦੋਂ ਕਿਡਨੀਆਂ ਬਾਥਰੂਮ ਬਣਾਉਣਗੀਆਂ ਔਰ ਉਹ ਪ੍ਰੋਪਰ ਨਹੀਂ ਅੱਗੇ ਪਾਸ ਹੋ ਪਾਏਗਾ ਕਿਉਂਕਿ ਸਾਡਾ ਯੂਰੇਟਰ ਬਲੌਕ ਹੋ ਜਾਏਗਾ ਅਤੇ ਉਹ ਬੈਕ ਫਲੋ ਹੋਏਗਾ
ਪ੍ਰੈਸ਼ਰ ਦੇ ਨਾਲ ਉਹ ਵਾਪਸ ਕਿਡਨੀ ਦੇ ਉੱਪਰ ਜਿਹੜਾ ਵਾ ਪ੍ਰਹਾਰ ਕਰੇਗਾ, ਉਹਦੇ ਕਰਕੇ ਹਾਈਡਰੋਨੈਫਰੋਸਿਸ ਹੋ ਜਾਏਗਾ। ਹਾਈਡਰੋਨੈਫਰੋਸਿਸ ਕਹਿੰਦੇ ਨੇ ਕਿਡਨੀ ਦੇ ਸੁੱਜਣ ਨੂੰ। ਅੱਜ ਮੰਨ ਲਓ ਆਪਾਂ ਆਪਣੇ ਹੱਥ ਪਾਣੀ 'ਚ ਪਾ ਕੇ ਰੱਖ ਛੱਡੀਏ ਲਗਾਤਾਰ, ਅਤੇ ਦੇਖੋ ਸਾਡੇ ਹੱਥ ਜਿਹੜੇ ਨੇ ਉਹ ਬੁੱਢਿਆਂ ਵਰਗੇ ਉਹ ਸਾਡਾ ਉਹ ਪੈ ਜਾਂਦਾ ਵਾ, ਝੁਲੜੀਆਂ ਜਿਹੀਆਂ ਪੈ ਜਾਂਦੀਆਂ ਹੱਥਾਂ ਦੇ ਉੱਪਰ। ਇਹ ਤਾਂ ਨੋਰਮਲ ਪਾਣੀ 'ਚ ਹੱਥ ਪਾਉਣ ਦੀ ਗੱਲ ਹੈ। ਇਸੇ ਤਰੀਕੇ ਦੇ ਨਾਲ ਜਦੋਂ ਕਿਡਨੀ ਦੇ ਉੱਪਰ ਕੰਟੀਨਿਊਸ ਬੈਕ ਫਲੋ ਆਫ ਯੂਰਿਨ ਪਈ ਜਾਂਦਾ ਵਾ, ਅਤੇ ਉਹ ਜਿਹੜਾ ਇੰਨਾ ਟੌਕਸਿਨ ਰਿਚ ਵਾਟਰ ਹੈ ਜਦੋਂ ਕਿਡਨੀ ਦੇ ਉੱਪਰ ਪ੍ਰੈਸ਼ਰ ਪਾਉਂਦਾ ਵਾ, ਹੌਲੀ ਹੌਲੀ ਕਿਡਨੀਆਂ ਸੁੱਜ ਜਾਂਦੀਆਂ ਨੇ, ਹਾਈਡਰੋਨੋਫਰੋਸਿਸ ਹੋ ਜਾਂਦਾ ਵਾ। ਹਾਈਡਰੋਨੋਫਰੋਸਿਸ ਤਾਂ ਫਿਰ ਵੀ ਰਿਵਰਸੀਬਲ ਹੈ, ਬਟ ਅਗਰ ਉੱਥੇ ਵੀ ਧਿਆਨ ਨਾ ਦਿੱਤਾ ਜਾਏ ਤਾਂ ਅੱਗੇ ਕਿਡਨੀ ਫੇਲੀਅਰ ਵੀ ਹੋ ਸਕਦਾ ਵਾ। ਕ੍ਰੈਟਨਾਈਨ ਵਧਣੀ ਸ਼ੁਰੂ ਹੋ ਜਾਂਦੀ ਹੈ, ਯੂਰੀਆ ਵਧਣਾ ਸ਼ੁਰੂ ਹੋ ਜਾਂਦਾ ਵਾ, ਔਰ ਫਿਰ ਐਮਰਜੈਂਸੀ 'ਚੋਂ ਸਟੋਨ ਜਿਹੜਾ ਵਾ ਉਹਨੂੰ ਨਿਕਲਵਾਉਣਾ ਪੈਂਦਾ। ਇਸ ਕਰਕੇ ਅਗਰ ਯੂਰੇਟਰ 'ਚ ਸਟੋਨ ਹੈ, ਤੁਸੀਂ ਆਯੁਰਵੇਦ ਟਰਾਈ ਕਰਨਾ ਚਾਹੁੰਦੇ ਹੋ, ਉਹ ਕੁਇਕ ਐਕਟਿੰਗ ਆਯੁਰਵੇਦਾ ਹੋਣਾ ਚਾਹੀਦਾ ਵਾ। ਮੇਰੇ ਕੋਲ ਅਗਰ ਕੋਈ ਵੀ ਪੇਸ਼ੈਂਟ ਆਉਂਦਾ ਵਾ ਜਿਹਦੇ ਯੂਰੇਟਰ 'ਚ ਸਟੋਨ ਹੈ, ਮੈਂ ਕਦੀ 15 ਦਿਨ ਤੋਂ ਲੰਬਾ ਇਲਾਜ ਨਹੀਂ ਕਰਦਾ, ਕਿਉਂਕਿ ਅਗਰ ਆਯੁਰਵੇਦ ਦੇ ਨਾਲ ਉਹ ਸਟੋਨ ਨੇ ਨਿਕਲਣਾ ਵੈ ਤਾਂ 15 ਦਿਨਾਂ ਵਿੱਚ ਨਿਕਲ ਜਾਏਗਾ, ਵਰਨਾ ਆਪਾਂ ਵੇਟ ਨਹੀਂ ਕਰਨੀ ਯੂਰੇਟਰ ਵਾਲੇ ਸਟੋਨ 'ਚ। ਜਦਕਿ ਜਿਹੜਾ ਦੂਜਾ ਸਟੋਨ ਹੈ ਉਹਦੇ 'ਚ ਫਿਰ ਵੀ ਵੇਟ ਕੀਤੀ ਜਾ ਸਕਦੀ ਹੈ, ਉਹ ਰਿਸਕੀ ਨਹੀਂ ਹੈ, ਉਹਨਾਂ ਨੁਕਸਾਨ ਨਹੀਂ ਕਰਦਾ ਜੀ। ਸੋ ਮਤਲਬ ਕਿ ਆਪਾਂ ਆਯੁਰਵੇਦ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਨੋਰਮਲੀ ਹੌਲੀ ਹੌਲੀ ਜਿਹੜਾ ਹੈਗਾ 15 ਦਿਨ ਦੇ ਵਿੱਚ ਟ੍ਰੀਟਮੈਂਟ ਕੀਤਾ ਜਾ ਸਕਦਾ, ਅਤੇ ਸਰਜਰੀ ਦੀ ਜ਼ਰੂਰਤ ਉਹੀ ਜਿਹੜਾ ਖਾਸ ਤੌਰ 'ਤੇ ਦੇਖੋ ਤਾਂ ਧਿਆਨ ਦੇਣ ਵਾਲੀ ਗੱਲ ਕਿਹੜੀ ਕਿ ਇਹ ਉਲਟਾ ਹਿਸਾਬ ਹੈ ਕਿ ਜਿਹੜੇ ਬੰਦੇ ਨੂੰ ਸਗੋਂ ਦਰਦ ਜ਼ਿਆਦਾ ਵੈ ਉਹਦਾ ਸਟੋਨ ਜਲਦੀ ਨਿਕਲ ਜਾਂਦਾ ਜੀ। ਮਤਲਬ ਆਮ ਤੌਰ 'ਤੇ ਸਾਨੂੰ ਲੱਗਦਾ ਵਾ ਕਿ ਦਰਦ ਵਾਲਾ ਸਟੋਨ ਹੈ, ਇਹ ਜ਼ਿਆਦਾ ਰਿਸਕੀ ਹੈ, ਇਹਨੂੰ ਨਿਕਾਲਣਾ ਜ਼ਿਆਦਾ ਔਖਾ ਹੋਏਗਾ। ਜਦਕਿ ਫੈਕਟ ਕੀ ਹੁੰਦਾ ਕਿ ਸਟੋਨ ਦਰਦ ਉਦੋਂ ਕਰਦਾ ਵਾ ਜ਼ਿਆਦਾ ਜਦੋਂ ਯੂਰਿਨ ਦੇ ਮੇਨ ਫਲੋ 'ਚ ਆਇਆ ਹੁੰਦਾ ਵੈ। ਇਸੇ ਕਰਕੇ ਜਿਨ੍ਹਾਂ ਬੰਦਿਆਂ ਨੂੰ ਪੇਨ ਜ਼ਿਆਦਾ ਵੈ ਉਹਨਾਂ ਦਾ ਸਟੋਨ ਕੱਢਣਾ ਜ਼ਿਆਦਾ ਸੌਖਾ ਵੈ। ਜਿਨ੍ਹਾਂ ਨੂੰ ਬਿਲਕੁਲ ਪੇਨ ਨਹੀਂ, ਹੁਣ ਕਈ ਵਾਰੀ ਪੇਸ਼ੈਂਟ ਆ ਕੇ ਮੇਰੇ ਕੋਲ ਕਹਿਣਗੇ ਉਹ ਨਾ ਜੀ ਨਾ ਸਾਡਾ ਤਾਂ ਹਲਕਾ ਜਿਹਾ ਸਟੋਨ ਹੈ, ਦਰਦ ਵੀ ਨਹੀਂ ਕਰਦਾ, ਆਰਾਮ ਨਾਲ ਪਿਆ ਹੋਇਆ ਵੈ। ਜਦਕਿ ਸਭ ਤੋਂ ਟਫ ਹੈ ਹੀ ਉਹ ਜਿਹੜਾ ਆਰਾਮ ਨਾਲ ਪਿਆ ਵੈ, ਉਹਨੂੰ ਕੱਢਣਾ ਸਭ ਤੋਂ ਔਖਾ ਵੈ, ਕਿਉਂਕਿ ਉਹ ਵਿਚਾਰਾ ਜਿਹੜਾ ਸਟੋਨ ਹੈ ਉਹ ਸਾਈਡ 'ਤੇ ਪਿਆ ਵੈ। ਜਦੋਂ ਆਪਾਂ ਕੋਈ ਦਵਾਈ ਵੀ ਖਵਾਵਾਂਗੇ ਤਾਂ ਉਸ ਦਵਾਈ ਦਾ ਕੁਝ ਪਰਸੈਂਟੇਜ ਹੀ ਉੱਥੋਂ ਦਿਖਣ ਜਾਏਗਾ। ਇਸ ਕਰਕੇ ਲੇਟ ਨਿਕਲਣ ਵਾਲਾ ਸਟੋਨ ਹੈ ਜਿਹੜਾ ਸਟੋਨ ਦਰਦ ਨਹੀਂ ਕਰ ਰਿਹਾ, ਜਲਦੀ ਨਿਕਲਣ ਵਾਲਾ ਸਟੋਨ ਹੈ ਜਿਹੜਾ ਤੁਹਾਨੂੰ ਜ਼ਿਆਦਾ ਦਰਦ ਕਰ ਰਿਹਾ ਵੈ। ਬਿਲਕੁਲ ਜੀ ਬਿਲਕੁਲ। ਸੋ ਸਟੋਨ ਦੀ ਗੱਲ ਹੋ ਰਹੀ ਹੈ ਜੀ, ਬਾਕੀ ਜਿਵੇਂ ਦੱਸ ਦਿੰਦੇ ਹਾਂ ਜੀ, ਸਾਡੀ ਆਡੀਅੰਸ ਆਲਰੇਡੀ ਜਾਣਦੀ ਹੈ ਨਵੇਂ ਕਾਲਜ ਸਾਡੇ ਨਾਲ ਜੁੜੇ ਹੋਣਗੇ, ਕਿ USA ਦੇ ਵਿੱਚ ਸੈਂਟਰਸ ਨੇ, ਬਾਕੀ ਦਿੱਲੀ ਦੇ ਵਿੱਚ ਇਨਡੋਰ ਐਕਟੀਵਿਟੀਜ਼ ਜਿਹੜੀਆਂ ਉਹ ਬਹੁਤ ਵੱਡੇ ਲੈਵਲ 'ਤੇ ਕਰਾਈਆਂ ਜਾਂਦੀਆਂ ਨੇ। ਆਯੁਰਵੇਦ ਤਰੀਕੇ ਦੇ ਨਾਲ ਹਰ ਵੱਡੀ ਤੋਂ ਵੱਡੀ ਬਿਮਾਰੀ ਦਾ ਟ੍ਰੀਟਮੈਂਟ ਉੱਥੇ ਕਰਵਾਇਆ ਜਾਂਦਾ। ਈਵਨ ਅਦਰਵਾਈਜ਼ ਵੀ ਜੇਕਰ ਤੁਸੀਂ ਆਪਣੀ ਲਾਈਫ ਦੇ ਵਿੱਚ ਹੋ ਜਾਂਦਾ ਬਹੁਤ ਜ਼ਿਆਦਾ ਟਾਇਰਡ ਫੀਲ ਕਰਦੇ ਹੈਗੇ ਆ, ਤਦ ਵੀ ਜਾਓਗੇ ਤੁਸੀਂ, ਰਿਲੈਕਸੇਸ਼ਨ ਇੱਕ ਮਿਲੇਗੀ। ਸੋ ਜੇਕਰ ਇੰਡੀਆ ਆਉਣ ਦਾ ਪਲਾਨ ਹੈਗਾ, ਜਾਂ ਤੁਹਾਡਾ ਕੋਈ ਆਪਣਾ ਰਿਲੇਟਿਵ ਹੈ, ਜਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਬਹੁਤ ਕੋਈ ਮੇਜਰ ਬਿਮਾਰੀ ਹੈਗੀ ਆ, ਜ਼ਰੂਰ ਉਸ ਸੈਂਟਰ ਦੇ ਵਿੱਚ ਵਿਜ਼ਿਟ ਕਰੋ, ਕਿਉਂਕਿ ਜਦੋਂ ਅਸੀਂ ਨੋਰਮਲੀ ਮੈਡੀਕਲੀ ਦਵਾਈਆਂ ਲੈਂਦੇ ਹਾਂ ਉਹਦੇ ਜਿਹੜੇ ਆ ਖਤਰਨਾਕ ਵੀ ਸਾਡੇ 'ਤੇ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ, ਕਿਉਂਕਿ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਬਿਮਾਰ ਜਦੋਂ ਤੱਕ ਦਵਾਈ ਲੈਂਦੇ ਰਹਿੰਦੇ ਹਾਂ, ਠੀਕ ਹੈ, ਨਹੀਂ ਤਾਂ ਫਿਰ ਜਦੋਂ ਬੰਦ ਕਰਤੀ ਤਾਂ ਬਿਮਾਰੀ ਦੁਬਾਰਾ ਤੋਂ ਖੜ੍ਹੀ ਹੋ ਜਾਂਦੀ ਹੈ। ਪਰ ਆਯੁਰਵੇਦ ਤਰੀਕੇ ਦੀ ਗੱਲ ਕਰੀਏ, ਕੋਈ ਇਨਫੈਕਸ਼ਨ ਨਹੀਂ ਹੁੰਦੀ, ਕੋਈ ਸਾਈਡ ਇਫੈਕਟ ਨਹੀਂ ਹੁੰਦੇ ਹੈਗੇ, ਅਤੇ ਪ੍ਰੋਪਰ ਜੜ ਤੋਂ ਜਿਹੜਾ ਉਹ ਬਿਮਾਰੀ ਨੂੰ ਖਤਮ ਕਰਦਾ ਜੀ। ਬਾਕੀ ਨੰਬਰ ਲਗਾਤਾਰ ਟੀ ਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਮੈਂ ਰਿਪੀਟ ਕਰ ਰਹੀ, 4 ਨੰਬਰ ਜਿਹੜੇ ਨੇ ਉਹ ਫਲੈਸ਼ ਹੋ ਰਹੇ ਨੇ, ਇੰਡੀਆ ਦੇ ਵੀ ਨੇ, ਐਬਰੋਡ ਦੇ ਵੀ ਨੇ, ਹੈਲਪਲਾਈਨ ਨੰਬਰ ਨੇ 24 ਘੰਟੇ ਅਵੇਲੇਬਲ ਨੇ, 888-6245925 ਇਹ ਨੰਬਰ ਤੁਸੀਂ ਨੋਟ ਕਰਕੇ ਰੱਖ ਲਓ ਜੀ, ਕਿਸੇ ਵੇਲੇ ਵੀ ਤੁਹਾਡੇ ਕੰਮ ਆ ਸਕਦੇ ਨੇ, ਅਤੇ ਕਾਲਰ ਲੈ ਲੈਂਦੇ ਆਪਾਂ। ਹੈਲੋ 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 ਸੋ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ। ਹੈਲੋ ਸੋ ਜੀ, ਫੋਨ ਡਿਸਕਨੈਕਟ ਹੋ ਗਿਆ। ਜਦੋਂ ਕਾਲ ਕਰਦੇ ਆ ਪਲੀਜ਼ ਆਪਣੇ ਟੀ ਵੀ ਦਾ ਵੋਲੀਅਮ ਘੱਟ ਕਰਕੇ ਫੋਨ 'ਤੇ ਜਿਹੜਾ ਹੈ ਉਹ ਸੁਣਨ ਦੀ ਕੋਸ਼ਿਸ਼ ਕਰਿਆ ਕਰੋ। ਸੋ ਸਰ, ਕਿਡਨੀ ਸਟੋਨ ਦੀ ਜਿਵੇਂ ਗੱਲ ਹੋ ਰਹੀ ਹੈ, ਜਿਵੇਂ ਆਪਾਂ ਦੇਖਦੇ ਹਾਂ ਕਿ ਲੋਕ ਇਗਨੋਰ ਹੀ ਕਰਦੇ ਜਾਂਦੇ ਨੇ, ਹੈ ਨਾ, ਜਦੋਂ ਤੱਕ ਜ਼ਿਆਦਾ ਪ੍ਰੋਬਲਮ ਨਾ ਹੋ ਜਾਵੇ, ਪਰ ਇਗਨੋਰ ਕਰਦੇ ਕਈ ਚੀਜ਼, ਕਈ ਆਪਾਂ ਦੇਖਦੇ ਹੈਗੇ ਕਿ ਪੱਥਰੀਆਂ ਹੌਲੀ ਹੌਲੀ ਵੀ ਮਤਲਬ ਕਿ ਜ਼ਿਆਦਾ, ਜਿਵੇਂ ਤੁਸੀਂ ਦੱਸਿਆ, ਪੇਨ ਨਹੀਂ ਕਰਦੀਆਂ, ਪਰ ਜਿੰਨੀ ਦੇਰ ਜ਼ਿਆਦਾ ਇਗਨੋਰ ਕਰਾਂਗੇ ਅਤੇ ਖਤਰਨਾਕ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਕੀ ਹੋ ਸਕਦਾ? ਦੇਖੋ, ਸਭ ਤੋਂ ਵੱਡੀ ਮਾੜੀ ਚੀਜ਼ ਤਾਂ ਹੈ ਕਿ ਸਟੋਨ ਦਾ ਸਾਈਜ਼ ਵੱਧਦਾ ਜਾਂਦਾ ਵਾ। ਓਕੇ, ਔਰ ਇੱਕ ਕੰਡੀਸ਼ਨ ਆ ਜਾਂਦੀ ਜਿਹਨੂੰ ਮਲਟੀਪਲ ਸਟੋਨਸ ਕਹਿੰਦੇ ਆ। ਮਲਟੀਪਲ ਸਟੋਨਸ ਤਾਂ ਡਾਇਰੈਕਟ ਕਿਡਨੀ ਫੇਲੀਅਰ ਕਰ ਦਿੰਦਾ ਵਾ। ਅਗਰ ਸਟੋਨਸ ਬਹੁਤ ਜ਼ਿਆਦਾ ਗਿਣਤੀ 'ਚ ਹੋ ਜਾਂਦੇ ਨੇ, ਸਾਡੇ ਸਾਰੇ ਦੇ ਸਾਰੇ ਨੈਫਰਨਸ ਨੂੰ ਬਲੌਕ ਕਰਨ ਲੱਗ ਪੈਂਦੇ ਨੇ, ਉਸ ਸਟੇਜ ਦੇ ਉੱਪਰ ਜਾ ਕੇ ਡਾਇਰੈਕਟ ਜਿਹੜਾ ਰੀਨਲ ਫੇਲੀਅਰ ਹੈ ਉਹ ਕਾਜ਼ ਹੋ ਜਾਂਦਾ ਵਾ ਮਲਟੀਪਲ ਸਟੋਨਸ ਕਰਕੇ। ਕਾਫੀ ਕੇਸਿਸ ਉਹਦੇ ਆਉਂਦੇ ਨੇ। ਇਸ ਕਰਕੇ ਮੇਰੀ ਇੱਕ ਜਿਹੜੀ ਸੁਜੈਸ਼ਨ ਰਹਿੰਦੀ ਹੈ ਆਪਣੇ ਪੇਸ਼ੈਂਟਸ ਨੂੰ ਇਹੀ ਰਹਿੰਦੀ ਹੈ, ਆਪਾਂ ਇੱਕ ਸਪੈਸ਼ਲ ਫਾਰਮੂਲੇਸ਼ਨ ਤਿਆਰ ਕੀਤੀ ਹੋਈ ਹੈ ਆਪਣੇ ਕਿਡਨੀ ਸਟੋਨ ਪੇਸ਼ੈਂਟਸ ਵਾਸਤੇ, USA 'ਚ ਵੀ ਅਵੇਲੇਬਲ ਹੈ, ਉਹਦਾ ਨਾਮ ਹੈ ਰੀਨਲ ਕੇਅਰ ਕੈਪਸੂਲਸ। ਆਪਾਂ ਇੱਕ ਕੋਸ਼ਿਸ਼ ਕੀਤੀ ਹੈ ਕਿ ਇਹਦੇ 'ਚ ਦੋ ਮੇਜਰ ਟਾਰਗੇਟ ਪੇਸ਼ੈਂਟ ਦੇ ਜ਼ਰੂਰ ਪੂਰੇ ਹੋਣ। ਪਹਿਲਾ ਟਾਰਗੇਟ
ਜਿਹੜਾ ਸਟੋਨ ਬਣ ਚੁੱਕਾ ਵੈ ਉਹ ਨਿਕਲ ਸਕੇ। ਦੂਜਾ ਟਾਰਗੇਟ ਦੁਬਾਰਾ ਸਟੋਨ ਨਾ ਬਣੇ, ਕਿਉਂਕਿ ਦੇਖੋ ਹੁੰਦਾ ਕੀ ਹੈ, ਸਟੋਨ 'ਤੇ ਆਪਾਂ ਜਦੋਂ ਸਰਜਰੀ ਕਰਵਾਉਂਦੇ ਉਹਦੇ ਨਾਲ ਵੀ ਨਿਕਲ ਹੀ ਜਾਂਦਾ ਵੈ, ਲੇਜ਼ਰ ਨਾਲ ਵੀ ਕੁਛ ਹਿੱਸੇ 'ਚ ਨਿਕਲ ਜਾਂਦਾ ਵੈ, ਲੇਕਿਨ ਜਿਨ੍ਹਾਂ ਨੂੰ ਸਟੋਨ ਹੁੰਦਾ ਹੈ ਨਾ ਜੀ, ਉਹਨਾਂ ਨੂੰ ਅਗਰ ਤੁਸੀਂ ਦੇਖੋਗੇ ਹਿਸਟਰੀ, ਬਾਰ ਬਾਰ ਸਟੋਨ ਹੁੰਦਾ ਵੈ, ਇੱਕ ਸਟੋਨ ਨਿਕਾਲਿਆ ਜਾਂਦਾ, ਥੋੜ੍ਹੀ ਦੇਰ ਬਾਅਦ ਫਿਰ ਸਟੋਨ ਹੋ ਜਾਂਦਾ, ਬੰਦਾ ਕਿੰਨੀ ਕੁ ਵਾਰੀ ਸਰਜਰੀਜ਼ ਕਰਵਾਏਗਾ। ਇਸ ਕਰਕੇ ਅਗਰ ਤੁਹਾਨੂੰ ਬਾਰ ਬਾਰ ਸਟੋਨ ਹੋ ਰਿਹਾ ਵੈ, ਤੁਸੀਂ ਰੀਨਲ ਕੇਅਰ ਕੈਪਸੂਲਸ ਯੂਜ਼ ਕਰ ਸਕਦੇ ਹੋ, ਉਹਦੇ 'ਚ ਮੇਜਰ ਉਹੀ ਚੀਜ਼ਾਂ ਨੇ ਜਿਹੜੀਆਂ ਮੈਂ ਹੁਣੇ ਗਾਈਡ ਕੀਤੀਆਂ ਨੇ। ਇਸ ਕਰਕੇ ਹਰਬਸ ਖਾਣੀਆਂ ਨੇ, ਤੁਸੀਂ ਹਰਬਸ ਲੈ ਸਕਦੇ ਹੋ, ਇੱਕ ਪ੍ਰੋਪਰ ਮੈਡੀਕੇਸ਼ਨ ਲੈਣੀ ਹੈ ਤੁਸੀਂ ਰੀਨਲ ਕੇਅਰ ਕੈਪਸੂਲ ਲੈ ਸਕਦੇ ਹੋ, ਲੇਕਿਨ ਕੁਛ ਵੀ ਲਵੋ ਇਗਨੋਰ ਨਾ ਕਰੋ, ਕਿਉਂਕਿ ਤੁਸੀਂ ਇਗਨੋਰ ਕਰੋਗੇ ਸਮੇਂ ਦੇ ਨਾਲ ਉਹ ਵੱਧਦਾ ਜਾਏਗਾ, ਦਰਦ ਨਹੀਂ ਵੀ ਕਰ ਰਿਹਾ ਤਾਂ ਇਹ ਨਾ ਸੋਚੋ ਕਿ ਚੁੱਪ ਕਰਕੇ ਉਹ ਸ਼ਾਂਤ ਬੈਠਿਆ ਹੋਇਆ ਵੈ, ਉਹ ਆਪਣਾ ਸਾਈਜ਼ ਲਗਾਤਾਰ ਵਧਾ ਰਿਹਾ ਵੈ ਔਰ ਕਿਡਨੀ ਨੂੰ ਨੁਕਸਾਨ ਤਾਂ ਪਹੁੰਚਾ ਹੀ ਰਿਹਾ ਹੈ। ਔਰ ਅਗਰ ਯੂਰੇਟਰ 'ਚ ਸਟੋਨ ਹੈ ਫਿਰ ਤੁਸੀਂ ਇਕੱਲੇ ਆਯੁਰਵੇਦ 'ਤੇ ਵੀ ਫੇਥ ਨਹੀਂ ਕਰਨਾ, ਅਗਰ ਆਯੁਰਵੇਦ ਉਹ ਸਟੋਨ ਨੂੰ ਕੱਢ ਸਕਦਾ ਤਾਂ 15 ਦਿਨਾਂ ਦੇ ਜਾਂ 20 ਦਿਨਾਂ 'ਚ ਕੱਢੇ, ਅਦਰਵਾਈਜ਼ ਯੂਰੇਟਰ ਦੇ ਸਟੋਨ ਦੇ ਅੰਦਰ ਕਦੀ ਵੀ ਤੁਸੀਂ ਆਪਣੀ ਕਿਡਨੀ ਨੂੰ ਰਿਸਕ 'ਚ ਨਹੀਂ ਪਾਉਣਾ, ਆਯੁਰਵੇਦ ਨਾਲ ਉਹ ਨਿਕਲੇਗਾ ਤਾਂ ਬਹੁਤ ਜਲਦੀ ਨਿਕਲ ਜਾਏਗਾ, ਔਰ ਅਗਰ ਨਹੀਂ ਨਿਕਲ ਰਿਹਾ ਉਹਨੂੰ ਰਹਿਣ ਨਹੀਂ ਦੇਣਾ ਉੱਥੇ, ਉਹਨੂੰ ਅਰਲੀਐਸਟ ਤੋਂ ਅਰਲੀਐਸਟ ਨਿਕਲਵਾਉਣਾ, ਕਿਉਂਕਿ ਉਹ ਕਿਡਨੀ ਡੈਮੇਜ ਕਰ ਦੇਗਾ। ਬਿਲਕੁਲ ਜੀ, ਸੋ ਕਾਲਰ ਲੈ ਲੈਂਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਮੈਂ ਪਹਿਲਾਂ ਮੇਰੇ ਗੋਡੇ ਦੁਖਦੇ ਸੀ, ਉਹਨਾਂ ਨੇ ਮੈਂ ਸਰਜਰੀ ਕਰਾ ਲਈ, ਹੁਣ ਮੇਰੇ ਮੋਢਿਆਂ 'ਚ ਬਹੁਤ ਦਰਦ ਹੁੰਦੀ ਆ। ਓਕੇ ਜੀ, ਤੁਸੀਂ ਦੇਖੋ ਜੀ, ਇੱਕ ਤਾਂ ਕੋਸ਼ਿਸ਼ ਕਰੋ ਕਿ ਡੇਲੀ ਗਰਮ ਪਾਣੀ ਦਾ ਯੂਜ਼ ਜ਼ਰੂਰ ਕਰਿਆ ਕਰੋ। ਸਾਡੀ ਲਾਈਫ 'ਚ ਅਗਰ ਆਪਾਂ ਗਰਮ ਪਾਣੀ ਲੈਂਦੇ ਤਾਂ ਸਾਡੇ ਜਿਹੜੇ ਮੇਜਰ ਜੁਆਇੰਟਸ ਨੇ ਉਹਨਾਂ ਨੂੰ ਬਹੁਤ ਫਾਇਦਾ ਮਿਲਦਾ ਵੈ। ਦੂਸਰਾ, ਮੋਢਿਆਂ ਨੂੰ ਅਗਰ ਆਪਾਂ ਬਚਾਉਣਾ ਚਾਹੁੰਦੇ ਹਾਂ ਕਿ ਕੱਲ੍ਹ ਨੂੰ ਫਰੋਜ਼ਨ ਸ਼ੋਲਡਰ ਨਾ ਹੋਏ, ਕੋਈ ਐਸੀ ਚੀਜ਼ ਨਾ ਹੋਏ, ਇੱਕ ਜਿਸ ਤਰ੍ਹਾਂ ਬੱਚੇ ਬੋਲਿੰਗ ਨਹੀਂ ਕਰਦੇ ਹੁੰਦੇ ਜੀ, ਜਿਸ ਤਰ੍ਹਾਂ ਕ੍ਰਿਕਟ 'ਚ ਆਪਾਂ ਬੋਲਿੰਗ ਕਰਦੇ ਹਾਂ, ਉਹ ਐਕਸਰਸਾਈਜ਼ ਸਭ ਤੋਂ ਚੰਗੀ ਹੁੰਦੀ ਹੈ। ਹਲਕੀ ਹਲਕੀ ਕਰੋ, ਕੋਸ਼ਿਸ਼ ਕਰਨੀ ਹੈ ਕਿ ਆਪਾਂ ਆਪਣੇ ਸ਼ੋਲਡਰ ਜੁਆਇੰਟ ਨੂੰ ਘੁਮਾਉਣਾ ਜ਼ਰੂਰ ਹੈ। ਤੀਸਰੀ ਚੀਜ਼ ਜਿਹੜੀ ਤੁਸੀਂ ਕਰਨੀ ਹੈ ਜੀ, ਉਹ ਹੈ ਸੁੰਡ ਦਾ ਲੇਪ। ਹਫ਼ਤੇ 'ਚ ਇੱਕ ਦਿਨ ਤੁਸੀਂ ਐਸਾ ਕਰਨਾ ਵੈ ਕਿ ਤੁਸੀਂ ਤਕਰੀਬਨ ਲੈ ਲਵੋ ਕੋਈ ਸੁੰਡ ਦਾ ਪਾਊਡਰ ਲੈ ਲਓ ਜੀ, ਤਕਰੀਬਨ 30 ਕੁ ਗ੍ਰਾਮ, ਉਹਦੇ 'ਚ ਤੁਸੀਂ ਪਾ ਲਵੋ ਜਵੈਨ ਕੋਈ ਤਕਰੀਬਨ 10 ਗ੍ਰਾਮ, ਪਾਕਿਸਤਾਨੀ ਨਮਕ ਜਿਹੜਾ ਹੁੰਦਾ ਵੈ ਉਹਨੂੰ ਵਿੱਚ ਪਾ ਲਓ 5 ਕੁ ਗ੍ਰਾਮ, ਇਹਨਾਂ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਤੁਸੀਂ ਇਹਨੂੰ ਗਰਮ ਪਾਣੀ 'ਚ ਪੀਸ ਕੇ ਇਹਨਾਂ ਦਾ ਲੇਪ ਕਰੋ, ਉਹਦਾ ਤੁਹਾਨੂੰ ਫਾਇਦਾ ਹੋਏਗਾ। ਠੀਕ ਹੈ ਜੀ, ਇੱਕ ਇਹ ਚੀਜ਼ ਕਰੋ। ਖਾਣ 'ਚ ਸਾਡੇ ਸ਼ੋਲਡਰ ਵਾਸਤੇ ਮੇਥਰੇ ਬਹੁਤ ਚੰਗੇ ਨੇ, ਮੇਥਰੇ ਜ਼ਰੂਰ ਖਾਓ। ਇਸ ਤੋਂ ਇਲਾਵਾ ਵੈਸੇ ਤਾਂ ਤੁਹਾਨੂੰ ਇਹਦੇ ਨਾਲ ਕਾਫੀ ਫਾਇਦਾ ਮਿਲ ਜਾਏਗਾ। ਕੋਈ ਮੇਜਰ ਪ੍ਰੋਬਲਮ ਆਉਂਦੀ ਹੈ, ਇੱਕ ਰਿਮੋ ਕੇਅਰ ਦੇ ਨਾਮ ਦੇ ਨਾਲ ਮੈਡੀਸਿਨ ਆਉਂਦੀ ਹੈ ਜੀ ਜੁਆਇੰਟਸ ਵਾਸਤੇ, ਰਿਮੋ ਕੇਅਰ US 'ਚ ਅਵੇਲੇਬਲ ਹੈ, ਤੁਸੀਂ ਉਹ ਵੀ ਇਸਤੇਮਾਲ ਕਰ ਸਕਦੇ ਹੋ। ਲੇਕਿਨ ਤੁਸੀਂ ਪਹਿਲੇ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਨੇ ਇਹ ਜ਼ਰੂਰ ਕਰੋ, ਮੈਨੂੰ ਲੱਗਦਾ ਜੇ ਤੁਸੀਂ ਇਹ ਕਰੋਗੇ ਇਹਦੇ ਨਾਲ ਫਾਇਦਾ ਮਿਲੇਗਾ। ਬਹੁਤ ਦਰਦ ਹੈ, ਇੱਕ ਕੱਪੜੇ 'ਚ ਮਾੜੀ ਜਿਹੀ ਜਵੈਨ ਬੰਨ ਲਵੋ ਜੀ, ਉਸ ਕੱਪੜੇ ਦੇ ਨਾਲ ਤੁਸੀਂ ਆਪਣਾ ਪਹਿਲੇ ਤੇਲ ਲਾ ਲੈਣਾ ਮੋਢੇ ਦੇ ਉੱਪਰ, ਕੋਈ ਵੀ ਮਿੱਠਾ ਤੇਲ ਲਾ ਸਕਦੇ ਹੋ, ਐਲਮੰਡ ਆਇਲ ਲਾ ਸਕਦੇ ਹੋ, ਤਾਂ ਕਿ ਲੁਬਰੀਕੇਸ਼ਨ ਹੋ ਜਾਵੇ। ਹੁਣ ਤੁਸੀਂ ਜਿਹੜਾ ਜਵੈਨ ਵਾਲੀ ਪੋਟਲੀ ਹੈ ਉਹਦੀ ਸਿਕਾਈ ਕਰਨੀ ਹੈ ਉਹਦੇ ਉੱਪਰ, ਉਹਦੇ ਨਾਲ ਵੀ ਤੁਹਾਨੂੰ ਕਾਫੀ ਫਾਇਦਾ ਮਿਲੇਗਾ। ਠੀਕ ਹੈ ਜੀ, ਇਹ ਚੀਜ਼ਾਂ ਤੁਸੀਂ ਕਰੋ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਗੱਲਬਾਤ ਕੀਤੀ ਸੀ ਤੁਸੀਂ ਲਾਈਵ, ਬਾਕੀ ਨੰਬਰ ਆਈ ਹੋਪ ਤੁਸੀਂ ਜ਼ਰੂਰ ਨੋਟ ਕਰ ਲਏ ਹੋਣਗੇ। ਇਹ ਨੰਬਰ ਜਿਹੜੇ ਨੇ 24 ਘੰਟੇ ਅਵੇਲੇਬਲ ਹੈਗੇ ਨੇ, 24 ਘੰਟੇ ਤੁਸੀਂ ਕਿਸੇ ਵੀ ਵੇਲੇ ਇਹਨਾਂ ਨੰਬਰ 'ਤੇ ਕਾਲ ਕਰਕੇ ਆਪਣੀ ਪ੍ਰੋਬਲਮ ਜਿਹੜੀ ਡਿਸਕਸ ਕਰ ਸਕਦੇ ਹੋ। USA ਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਜਿਹੜੇ ਸੈਂਟਰਸ ਨੇ ਉਹਨਾਂ ਸੈਂਟਰਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਜੇਕਰ ਦੂਰ ਰਹਿੰਦੇ ਹੋ ਨਹੀਂ ਸੈਂਟਰਸ ਦੇ ਵਿੱਚ ਜਾ ਸਕਦੇ, ਅਤੇ ਇਹ ਐਂਟੀ ਕੇਅਰ ਐਪ ਜਿਹੜੀ ਉਹ ਡਾਊਨਲੋਡ ਜ਼ਰੂਰ ਕਰੋ ਜੀ, ਉੱਥੇ ਆਪਣੀਆਂ ਰਿਪੋਰਟ ਸੈਂਡ ਕਰ ਸਕਦੇ ਹੋ। ਇਹਨਾਂ ਨੰਬਰ 'ਤੇ ਕਾਲ ਕਰਕੇ ਜਿਹੜੀ ਦਵਾਈ ਆ ਉਸਨੂੰ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ। ਬਾਕੀ ਸਾਡਾ ਯੂਟਿਊਬ ਚੈਨਲ ਹੈਗਾ, ਜੇਕਰ ਪ੍ਰਾਣਾਨਾ ਯੋਗਾ ਵਗੈਰਾ ਦੇ ਕੋਈ ਵੀ ਆਸਨ ਸਾਰੇ ਦਿਖਾਏ ਗਏ ਸਾਰੇ ਜੀ। ਸਾਡੀ ਕੋਸ਼ਿਸ਼ ਰਹਿੰਦੀ, ਦੇਖੋ ਜੀ ਹੁੰਦਾ ਕੀ ਹੈ, ਕਰ ਤਾਂ ਸਾਰੇ ਲੈਂਦੇ ਨੇ ਯੋਗ, ਲੇਕਿਨ ਉਹ ਗਲਤ ਕਰ ਲੈਂਦੇ ਨੇ ਦੇਖ ਕੇ। ਉਹਦੇ 'ਚ ਆਪਾਂ ਸਟੈਪ ਦੱਸੇ ਹੋਏ ਨੇ ਪੂਰੇ ਪੂਰੇ, ਸਟੈਪ 1 ਸਟੈਪ 2 ਪੂਰਾ ਐਕਸਪਲੇਨਡ ਹੈ ਕਿ ਐਗਜੈਕਟਲੀ ਕਰਨਾ ਕਿਸ ਤਰ੍ਹਾਂ, ਤਾਂ ਕਿ ਪ੍ਰਾਣਾਯਾਮ ਪੂਰੇ ਠੀਕ ਤਰੀਕੇ ਨਾਲ ਕੀਤਾ ਜਾ ਸਕੇ। ਬਿਲਕੁਲ ਜੀ, ਬਿਲਕੁਲ। ਸੋ ਜੀ, ਡਾਕਟਰ ਨਵਦੀਪ ਸ਼ਰਮਾ ਦੇ ਨਾਮ ਤੋਂ ਤੁਸੀਂ ਯੂਟਿਊਬ 'ਤੇ ਜਿਹੜਾ ਆ ਉਹ ਸਰਚ ਕਰ ਸਕਦੇ ਹੋ। ਪ੍ਰੋਪਰ ਯੋਗਾ ਦੇ ਜਿਹੜੇ ਆਸਨ ਨੇ ਉਹ ਦੱਸੇ ਗਏ ਹੋਣਗੇ, ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਲੈ ਸਕਦੇ ਹੋ। ਸੋ ਸਰ, ਲਾਸਟ ਦੇ ਵਿੱਚ ਕੋਈ ਟਿਪਸ ਜਿਹੜੇ ਦੇਣੇ ਚਾਹੋ, ਪਰ ਕਾਲਰ ਲੈ ਲੈਂਦੇ ਆਪਾਂ। ਹੈਲੋ, ਹੈਲੋ, ਹੈਲੋ ਜੀ, ਟੀਵੀ ਦਾ ਵੋਲੀਅਮ ਪਲੀਜ਼ ਕੱਟ ਕਰ ਲਓ, ਫੋਨ 'ਤੇ ਗੱਲ ਕਰੋ। ਹਾਂਜੀ, ਗੱਲ ਕਰ ਸਕਦੇ ਜੀ, ਪਹਿਲਾਂ ਟੀਵੀ ਦੀ ਆਵਾਜ਼ ਕੱਟ ਕਰੋ। ਸੋ ਜੀ, ਟੀਵੀ ਦੀ ਆਵਾਜ਼ ਕੱਟ ਕਰਕੇ ਫੋਨ 'ਤੇ ਆਵਾਜ਼ ਸੁਣੋ ਜੀ। ਹੈਲੋ, ਹਾਂਜੀ ਜੀ, ਹਾਂਜੀ, ਟੀਵੀ ਦੀ ਆਵਾਜ਼ ਕੱਟ ਕਰਕੇ ਫੋਨ 'ਤੇ ਗੱਲ ਕਰੋ ਜੀ।
ਠੀਕ ਹੈ ਹਾਂ ਜੀ ਪੁੱਛੋ ਜੀ ਕੀ ਪੁੱਛਣਾ ਚਾਹੋਗੇ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਮੇਰਾ ਬਲੱਡ ਪ੍ਰੈਸ਼ਰ ਬਹੁਤ ਹਾਈ ਹੈ ਕੁਝ ਦਿਨਾਂ ਤੋਂ ਓਕੇ ਦੇਖੋ ਜੀ ਇੱਕ ਤਾਂ ਕੋਸ਼ਿਸ਼ ਕਰੋ ਕਿ ਨਮਕ ਇਮੀਡੀਏਟਲੀ ਆਪਣੀ ਡਾਈਟ 'ਚ ਬੰਦ ਹੀ ਕਰ ਦਿਓ ਅਗਰ ਬਹੁਤ ਹਾਈ ਹੈ ਤਾਂ ਆਪਾਂ ਨਮਕ ਨਹੀਂ ਲੈਣਾ ਦੂਜੀ ਚੀਜ਼ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਪਾਣੀ ਜਿੰਨਾ ਵੱਧ ਪੀ ਸਕਦੇ ਹੋ ਪੀਓ ਇੱਕ ਤੀਸਰੀ ਯੋਗਾ ਦੇ ਨਾ ਪ੍ਰਾਣਾਯਾਮ ਹੁੰਦਾ ਸੀਤਲੀ ਕਰਮ ਜ਼ੁਬਾਨ ਲੰਬੀ ਬਾਹਰ ਕੱਢ ਕੇ ਲੰਬਾ ਸਾਹ ਅੰਦਰ ਖਿੱਚਣਾ ਜੀ ਇਸ ਤਰੀਕੇ ਨਾਲ ਜੋ ਤੁਸੀਂ ਇਸ ਤਰ੍ਹਾਂ ਅੰਦਰ ਖਿੱਚੋਗੇ ਠੰਡੀ ਜਿਹੀ ਹਵਾ ਤੁਹਾਡੇ ਅੰਦਰ ਜਾਏਗੀ ਇਹ ਚੀਜ਼ ਤੁਸੀਂ ਕਰੋ ਚੌਥਾ ਇਹਦੇ 'ਚ ਰੁਦਰਾਕਸ਼ ਦਾ ਬੜਾ ਫਾਇਦਾ ਤੁਸੀਂ ਦੇਖਿਆ ਹੋਏਗਾ ਪੁਰਾਣੇ ਜ਼ਮਾਨੇ 'ਚ ਜਿਹੜੇ ਸੰਤ ਮਹਾਤਮਾ ਸੀ ਉਹ ਰੁਦਰਾਕਸ਼ਾਂ ਦੀ ਮਾਲਾ ਪਾਉਂਦੇ ਸੀ ਕਹਿੰਦੇ ਸੀ ਜੀ ਇਹਦੇ ਨਾਲ ਬ੍ਰੇਨ ਨੂੰ ਸ਼ਾਂਤੀ ਮਿਲਦੀ ਹੈ ਉਹਦਾ ਇੱਕ ਮੇਜਰ ਰੀਜ਼ਨ ਇਹ ਵੀ ਸੀ ਕਿ ਜਿਹੜਾ ਰੁਦਰਾਕਸ਼ ਹੈ ਨਾ ਸਾਡੀ ਸਕਿਨ 'ਚੋਂ ਐਬਜ਼ੋਰਬ ਹੋ ਜਾਂਦਾ ਰੁਦਰਾਕਸ਼ ਦੀ ਇੱਕ ਖਾਸੀਅਤ ਹੁੰਦੀ ਕਿ ਬੀਪੀ ਨੂੰ ਕੰਟਰੋਲ ਬੜਾ ਵਧੀਆ ਕਰਦਾ ਵਾ ਤੁਸੀਂ ਕੋਸ਼ਿਸ਼ ਕਰੋ ਜੇ ਤੁਹਾਨੂੰ ਰੁਦਰਾਕਸ਼ ਮਿਲ ਸਕਣ ਉਹਨਾਂ ਨੂੰ ਪੀਸ ਲਵੋ ਉਹਦਾ ਪਾਊਡਰ ਇੱਕ ਚਮਚਾ ਰੋਜ਼ ਰਾਤੀ ਤੁਸੀਂ ਪਾਣੀ 'ਚ ਭਿਉਂ ਦੇਣਾ ਵਾ ਅਤੇ ਸਵੇਰੇ ਛਾਣ ਕੇ ਉਹਦਾ ਪਾਣੀ ਪੀ ਲੈਣਾ ਵਾ ਬਹੁਤ ਹੀ ਵਧੀਆ ਕੰਮ ਕਰੇਗਾ ਜੀ ਤੁਹਾਡੇ ਬੀਪੀ ਵਾਸਤੇ ਇਹ ਸਿੰਪਲ ਸਿੰਪਲ ਚੀਜ਼ਾਂ ਤੁਸੀਂ ਜ਼ਰੂਰ ਕਰੋ ਬਾਕੀ ਆਪਣਾ ਬੀਪੀ ਚੈੱਕ ਜ਼ਰੂਰ ਕਰਦੇ ਰਹੋ ਉਹਨੂੰ ਲਾਈਟ ਨਹੀਂ ਲੈਣਾ ਜੀ ਜੀ ਓਕੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਸਰ ਲਾਸਟ ਦੇ ਵਿੱਚ ਕੀ ਟਿਪਸ ਜਿਹੜੇ ਨੇ ਉਹ ਦੇਣਾ ਦੇਖੋ ਕਿਡਨੀ ਸਟੋਨ ਦੀ ਆਪਾਂ ਗੱਲ ਕਰ ਰਹੇ ਹਾਂ ਅਗਰ ਆਪਾਂ ਕਿਡਨੀ ਸਟੋਨ ਤੋਂ ਬਚਣਾ ਚਾਹੁੰਦੇ ਹਾਂ ਕੁਦਰਤ ਨੇ ਸਭ ਤੋਂ ਅਨਮੋਲ ਦੇਣ ਦਿੱਤੀ ਹੈ ਜੀ ਪਾਣੀ ਜੇ ਆਪਾਂ ਚੰਗੀ ਕੁਆਂਟਿਟੀ 'ਚ ਪਾਣੀ ਪੀ ਰਹੇ ਹਾਂ ਚਾਹੇ ਸਾਡਾ ਜੈਨੇਟਿਕ ਸਟੋਨ ਬਣਨ ਦਾ ਇੱਕ ਹੈਬਿਟ ਹੈ ਸਾਡੀ ਜਾਂ ਸਾਨੂੰ ਬਾਰ ਬਾਰ ਸਟੋਨ ਬਣਨੇ ਬੰਦ ਹੋ ਜਾਣਗੇ ਅਤੇ ਜੇ ਆਪਾਂ ਪਾਣੀ ਨਹੀਂ ਪੀ ਰਹੇ ਹਨੇਰੇ ਸਵੇਰੇ ਸਟੋਨ ਬਣਨ ਦੇ ਪੂਰੇ ਚਾਂਸਿਸ ਨੇ ਇਸ ਕਰਕੇ ਪਾਣੀ ਪੀਓ ਕੋਸ਼ਿਸ਼ ਕਰੋ ਗਰਮ ਪਾਣੀ ਪੀਓ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਤੁਸੀਂ ਸਟੋਨ ਤੋਂ ਬਚੇ ਰਹੋਗੇ ਜੀ ਬਿਲਕੁਲ ਜੀ ਸੋ ਛੋਟੀਆਂ ਛੋਟੀਆਂ ਚੀਜ਼ਾਂ ਮੇਰੇ ਖਿਆਲ ਦੇ ਵਿੱਚ ਲਾਈਫ ਸਟਾਈਲ ਦੇ ਜਿਹੜੇ ਚੇਂਜ ਅਸੀਂ ਕਰਕੇ ਹਰ ਬਿਮਾਰੀ ਤੋਂ ਜਿਹੜਾ ਉਹ ਬਚ ਬਿਲਕੁਲ ਜੀ ਬਿਲਕੁਲ ਸੋ ਸਰ ਜਿਹੜੀ ਦਿੱਲੀ ਦੇ ਵਿੱਚ ਸੈਂਟਰ ਹੈਗਾ ਇਨਡੋਰ ਐਕਟੀਵਿਟੀਜ਼ ਜਿੱਥੇ ਕਰਵਾਈਆਂ ਜਾਂਦੀਆਂ ਨੇ ਉੱਥੇ ਜਿਹੜੀ ਸਾਡੀ ਆਡੀਅੰਸ ਜਦੋਂ ਵੀ ਇੱਥੇ ਵਿਜ਼ਿਟ ਕਰੇਗੀ ਪਹੁੰਚ ਸਕਦੀ ਹੈ ਪਰ ਯੂਐਸਏ ਦੇ ਵਿੱਚ ਇੱਦਾਂ ਦੀ ਕੁਝ ਐਕਟੀਵਿਟੀਜ਼ ਅਵੇਲੇਬਲ ਬਿਲਕੁਲ ਜੀ ਯੂਐਸਏ ਦੇ ਅੰਦਰ ਵੀ ਨਿਊਯਾਰਕ ਦੇ ਅੰਦਰ ਆਪਾਂ ਪੰਚਕਰਮਾ ਕਰਵਾਉਂਦੇ ਹਾਂ ਬਾਕੀ ਦਿੱਲੀ ਦੇ ਅੰਦਰ ਜਿਹੜਾ ਆਪਾਂ ਪੰਚਕਰਮਾ ਕਰਵਾਉਂਦੇ ਹਾਂ ਥੈਰਾਪੈਟਿਕ ਪੰਚਕਰਮਾ ਹੈ ਜਿਸ ਤਰ੍ਹਾਂ ਕਿਸੇ ਨੂੰ ਸਟੋਨ ਹੈ ਅਤੇ ਆਪਾਂ ਇੱਕ ਥੈਰੇਪੀ ਕਰਵਾਉਂਦੇ ਹਾਂ ਉੱਤਰ ਬਸਤੀ ਓਕੇ ਉੱਤਰ ਬਸਤੀ ਪੂਰੇ ਇੰਡੀਆ 'ਚ ਬੜੇ ਗਿਣਤੀ ਦੇ ਸੈਂਟਰਸ 'ਚ ਕਰਵਾਈ ਜਾਂਦੀ ਹੈ ਜਿਨ੍ਹਾਂ 'ਚੋਂ ਸਾਡਾ ਮੇਜਰ ਸੈਂਟਰ ਹੈ ਉੱਤਰ ਬਸਤੀ ਜਿਹੜੀ ਯੂਰੈਟਰ 'ਚ ਸਟੋਨ ਤੁਹਾਡੇ ਗਿਆ ਹੋਇਆ ਹੈ ਸਟੋਨ ਅੱਗੇ ਆਇਆ ਹੈ ਬਹੁਤ ਜਲਦੀ ਉਹਨੂੰ ਨਿਕਾਲ ਦਿੰਦੀ ਹੈ ਇਸ ਕਰਕੇ ਅਗਰ ਪੇਨਫੁਲ ਸਟੋਨ ਹੈ ਤੁਸੀਂ ਪ੍ਰੋਬਲਮ 'ਚੋਂ ਤੁਸੀਂ ਪੰਚਕਰਮਾ 'ਚ ਉੱਤਰ ਬਸਤੀ ਨਾਲ ਵੀ ਉਹ ਸਟੋਨ ਜਿਹੜਾ ਵਾ ਕਢਵਾ ਸਕਦੇ ਹੋ ਜੀ ਬਿਲਕੁਲ ਜੀ ਬਿਲਕੁਲ ਸੋ ਜੀ ਬਾਕੀ ਆਈ ਹੋਪ ਕਿ ਨੰਬਰ ਤੁਸੀਂ ਨੋਟ ਕਰ ਲਿਆ ਹੋਣਗੇ ਜਦੋਂ ਮਰਜ਼ੀ ਕਾਲ ਕਰਕੇ ਅਤੇ ਡਿਸਕਸ ਕਰ ਸਕਦੇ ਯੂਐਸਏ ਦੇ ਵਿੱਚ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਮਿਲਣਾ 15 ਅਗਸਤ ਤੋਂ ਬਾਅਦ ਵਿਜ਼ਿਟ ਕਰਨਗੇ ਮਿਲ ਸਕਦੇ ਜੀ ਪਰ ਉਹਦੇ ਲਈ ਅਪੁਆਇੰਟਮੈਂਟ ਤੁਹਾਨੂੰ ਪਹਿਲਾਂ ਹੀ ਫਿਕਸ ਕਰਨੀ ਪਏਗੀ ਸੋ ਥੈਂਕ ਯੂ ਸੋ ਮਚ ਸਰ ਥੈਂਕ ਯੂ ਜੀ ਸੋ ਇਸੇ ਦੇ ਨਾਲ ਮੈਨੂੰ ਫ੍ਰੀਸ਼ ਨੂੰ ਅਤੇ ਮੇਰੇ ਨਾਲ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ